ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹਾਂ। ਇਸ ਵਕਤ ਤੁਸੀਂ ਜੁੜੇ ਹੋ ਚੰਨ ਪ੍ਰਦੇਸ਼ੀ ਰੇਡੀਓ ਦੇ ਪਟਿਆਲਾ ਸਟੂਡੀਓ ਨਾਲ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ ਨਿਊਜ਼ ਤੇ ਵਿਊ ਦਾ ਸੈਗਮੈਂਟ ਲੈ ਕੇ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਠ ਆਪਣੇ ਨਾਲ ਜੁੜ ਚੁੱਕੇ ਨੇ। ਬਾਠ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਮਿਹਰਬਾਨੀ ਟਿਵਾਣਾ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਕਰੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਠ ਸਾਹਿਬ, ਸ਼ੁਰੂਆਤ ਕਰਦੇ ਹਾਂ ਜੀ। ਮੁੱਖ ਮੰਤਰੀ ਸੁਖਬੀਰ ਜੀ ਹਸਾਉਂਦੇ ਬਹੁਤ ਨੇ, ਕਮਾਲ ਹੀ ਹੋ ਗਈ ਬਾਠ ਸਾਹਿਬ। ਰਾਤ ਤਾਂ ਇੱਕ ਵੀਡੀਓ ਆਈ, ਢਾਈ ਤਿੰਨ ਵਜੇ ਥੱਕ ਹਾਰ ਕੇ ਜਦੋਂ ਸੌਣ ਲੱਗੇ ਤਾਂ ਅਚਾਨਕ ਇੱਕ ਵੀਡੀਓ ਆਈ। ਯਕੀਨ ਜਾਣੋ 10-12 ਮਿੰਟ ਮੈਂ ਲਗਾਤਾਰ ਹੱਸਦਾ ਰਿਹਾ ਤੇ 8-10 ਵਾਰ ਉਸ ਵੀਡੀਓ ਨੂੰ ਵੇਖਿਆ। ਜਿੰਨੀ ਵਾਰ ਵੀ ਵੇਖਿਆ ਤੇ ਉਨੀ ਵਾਰ ਹੀ ਹਾਸਾ ਆਇਆ ਉਸ ਵੀਡੀਓ ਨੂੰ ਵੇਖ ਕੇ, ਉੱਚੀ ਉੱਚੀ। ਉਹ ਵੀ ਬੜਾ ਫੀਲਿੰਗ ਆਉਂਦੀ ਸੀ ਕਿ ਸਟੂਡੀਓ ਚ ਬੈਠ ਕੇ ਬੰਦਾ ਇਕੱਲਾ ਹੱਸੀ ਜਾਂਦਾ, ਲੋਕ ਕੀ ਸੋਚਦੇ ਹੋਣੇ ਜੇ ਕੋਈ ਵੇਖੇਗਾ। ਖੈਰ ਅੱਧੀ ਰਾਤ ਨੂੰ ਕਿਹਨੇ ਵੇਖਣਾ, ਪਰ ਲੱਗਦਾ ਕਿ ਦਿਨ ਭਰ ਦੀ ਥਕਾਵਟ ਲੱਥ ਗਈ। ਕਹਿੰਦੇ ਜੀ ਬਹੁਤ ਗਰੀਬ ਹੈ ਅਕਾਲੀ ਦਲ, ਪਰ ਮੇਰੇ ਖਿਆਲ ਨੀਤੀਆਂ ਬਣਾਉਣ ਪੱਖੋਂ ਅਕਾਲੀ ਦਲ ਬਹੁਤ ਅਮੀਰ ਹੈ, ਖਾਸ ਕਰਕੇ ਬਾਬਾ ਬਾਦਲ ਬੜਾ ਨੀਤੀ ਘਾੜਾ ਹੈ ਜੀ। ਜੀ ਰੋਣਾ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਕਦੇ ਕਦੇ ਵੇਖਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਅੱਜ ਕੀ ਕਰਦੇ ਆ ਤੇ ਕੱਲ ਨੂੰ ਨੀਤੀ ਨਵੀਂ ਹੁੰਦੀ ਆ, ਤੇ ਇਹ ਵੀ ਲੱਗਦਾ ਕਿ ਮੋਨਟੇਕ ਸਿੰਘ ਆਲੂ ਵਾਲੀ ਕੁਛ ਵੀ ਨੀ ਉਹਨਾਂ ਦੇ ਮੁਕਾਬਲੇ। ਭਾਵੇਂ ਕਿ ਨੀਤੀਆਂ ਤਾਂ ਬਣਾਉਣੀਆਂ ਉਹਨਾਂ ਦੇ ਹਿੱਸੇ ਆਈਆਂ ਸੀ, ਪਰ ਇੱਥੇ ਸਿਆਸੀ ਨੀਤੀ ਘੜਾ, ਜੇ ਪੰਜਾਬ ਦੇ ਵਿੱਚ ਕੋਈ ਆਪਣੀ ਪਾਰਟੀ ਦੇ ਆਪਣੇ ਟੱਬਰ ਦੇ ਪੱਖ ਦੀ ਗੱਲ ਕਰਦਾ ਤਾਂ ਉਹ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਉੱਪਰ ਦੀ ਸ਼ੈ ਕੋਈ ਨੀ ਹੈਗੀ ਜੀ। ਹੁਣ ਪਿਛਲੇ ਤਕਰੀਬਨ 1.25 ਸਾਲ ਤੋਂ ਪੰਜਾਬ ਦੇ ਵਿੱਚ ਸੰਗਤ ਦਰਸ਼ਨ ਚੱਲ ਰਹੇ ਆ। ਪਹਿਲਾਂ ਹੌਲੀ ਗਤੀ ਦੇ ਨਾਲ ਚੱਲਦੇ ਸੀ, ਫਿਰ ਹੌਲੀ ਹੌਲੀ ਤੇਜ਼ ਕਰ ਦਿੱਤੇ, ਪਰ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ, ਉਹਦੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਤਾਂ ਕਰ ਰਹੇ ਆ, ਪਰ ਹੁਣ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਸਾਰਾ ਕੁਛ ਹੋ ਗਿਆ। ਪਹਿਲਾਂ ਤਾਂ ਇਹ ਸੀ ਕਿ ਭਾਈ ਹਰ ਇੱਕ ਵਿਧਾਨ ਸਭਾ ਹਲਕੇ ਜਾਣਾ ਹੈ, ਉੱਥੇ ਲੋਕਾਂ ਨੂੰ ਖੁਸ਼ ਕਰਨਾ, ਪਰ ਹੁਣ ਕੇਵਲ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਪਹੁੰਚ ਰਹੇ ਨੇ। ਜਿਨ੍ਹਾਂ ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਪੁਰਾਣੇ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਨਵੇਂ ਬੰਦਿਆਂ ਦੇ ਉੱਤੇ, ਨਵੇਂ ਲੀਡਰਾਂ ਦੇ ਉੱਤੇ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਨੂੰ ਉਮੀਦਵਾਰ ਬਣਾਇਆ, ਤੇ ਇਹਨਾਂ ਬਹੁਤੇ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਗਾਵਤ ਦਾ ਵੀ ਸਾਹਮਣਾ ਕਰ ਰਿਹਾ। ਇਹਨਾਂ ਬਹੁਤੇ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਦੇ ਵਿਧਾਇਕ ਜਾਂ ਹਲਕਾ ਇੰਚਾਰਜ ਅਸਤੀਫਾ ਦੇ ਕੇ ਜਾਂ ਤਾਂ ਘਰੇ ਬੈਠ ਗਿਆ ਜਾਂ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ। ਇਹ ਘਾਟਾ ਪੂਰਾ ਕਿਵੇਂ ਕਰਨਾ, ਇਹਦੇ ਉੱਤੇ ਸੋਚ ਵਿਚਾਰ ਕਰਕੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹਨਾਂ ਹਲਕਿਆਂ ਦੇ ਵਿੱਚ ਸੰਗਤ ਦਰਸ਼ਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਨਵੇਂ ਉਮੀਦਵਾਰਾਂ ਦੇ ਨਾਲ ਪਾਰਟੀ ਦੇ ਕਾਡਰ ਤੇ ਲੀਡਰਸ਼ਿਪ ਨੂੰ ਤੋਰਿਆ ਜਾ ਸਕੇ। ਹੁਣ ਤੱਕ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਜਿੱਥੇ ਜਿੱਥੇ ਵੀ ਸੰਗਤ ਦਰਸ਼ਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹਦੇ ਵਿੱਚੋਂ 90% ਹਲਕੇ ਉਹੀ ਨੇ ਜਿਹਨਾਂ ਦੇ ਵਿੱਚ ਉਮੀਦਵਾਰ ਬਦਲੇ ਗਏ ਆ। ਗੱਲ ਆਪਾਂ ਨਾਭੇ ਦੀ ਕਰ ਲਈਏ ਤੇ ਚਾਹੇ ਕਰ ਲਈਏ ਚਮਕੌਰ ਸਾਹਿਬ ਦੀ, ਬੱਸੀ ਪਠਾਣਾ ਤੋਂ ਹੁੰਦੇ ਹੋਏ ਭਾਵੇਂ ਜਲੰਧਰ ਕੈਂਟ ਆ ਜਾਈਏ, ਸ੍ਰੀ ਹਰਗੋਬਿੰਦਪੁਰ ਤੋਂ ਅੱਗੇ ਜਾ ਕੇ ਅੱਜ ਕਰਤਾਰਪੁਰ ਦਾ ਜਿਹੜਾ ਸੰਗਤ ਦਰਸ਼ਨ ਹੋਇਆ, ਉਹਨਾਂ ਸਾਰੇ ਹਲਕਿਆਂ ਦੇ ਵਿੱਚ ਨਵੇਂ ਉਮੀਦਵਾਰਾਂ ਨੂੰ ਜਿਹੜੀ ਪਹਿਲ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ, ਤੇ ਇਹਨਾਂ ਸਾਰੇ ਹੀ ਹਲਕਿਆਂ ਦੇ ਵਿੱਚ ਪੁਰਾਣੀ ਲੀਡਰਸ਼ਿਪ ਜਿਹੜੀ ਹੈ ਉਹ ਨਵੇਂ ਉਮੀਦਵਾਰਾਂ ਦੇ ਨਾਲ ਨਾਰਾਜ਼ ਵੀ ਹੈ। ਹੁਣ ਮੁੱਖ ਮੰਤਰੀ ਸਾਹਿਬ ਦੀ ਨੀਤੀ ਕੀ ਹੈ, ਬਿਲਕੁਲ ਨਵੇਕਲੇ ਢੰਗ ਦੇ ਨਾਲ ਉਹ ਕੰਮ ਕਰਦੇ ਨੇ। ਉਹ ਸਵੇਰੇ ਜਿਹੜੇ ਵੀ ਹਲਕੇ ਜਾਂਦੇ, ਕਿਉਂਕਿ ਤੜਕੇ ਘਰੋਂ ਤੁਰਦੇ ਆ, ਜਾ ਕੇ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਆਗੂ ਨਾਲ ਮੁਲਾਕਾਤ ਕਰਦੇ ਆ, ਸਾਜਰੇ ਉਹਨੂੰ ਜਾ ਕੇ ਜਗਾ ਲੈਂਦੇ ਘਰੋਂ ਤੇ ਉਹਨੂੰ ਮਨਾਉਂਦੇ ਆ। ਜਿਹੜਾ ਬੰਦਾ ਮੰਨ ਜਾਂਦਾ ਉਹਨੂੰ ਸੰਗਤ ਦਰਸ਼ਨ ਦੇ ਵਿੱਚ ਨਾਲ ਲੈ ਆਉਂਦੇ ਆ, ਆਪਣੇ ਕੋਲ ਬਿਠਾਉਂਦੇ ਆ, ਤਾਂ ਜੋ ਲੋਕਾਂ ਦੇ ਵਿੱਚ ਪ੍ਰਭਾਵ ਇਹ ਜਾ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਅੱਛੇ ਦਿਨ ਆ ਗਏ ਆ, ਇਹਨਾਂ ਦੇ ਸਾਰੇ ਲੀਡਰ ਜਿਹੜੇ ਆ ਇੱਕ ਮੁੱਠ ਹੋ ਕੇ ਪੰਜਾਬ ਦੀ ਵਿਧਾਨ ਸਭਾ ਚੋਣ ਲੜਨ ਜਾ ਰਹੇ ਆ, ਤੇ ਨਾਲ ਦੀ ਨਾਲ ਉਮੀਦਵਾਰ ਨੂੰ ਦੂਜੇ ਪਾਸੇ ਬਿਠਾ ਲੈਂਦੇ ਆ ਆਪਣੇ ਨਾਲ, ਤੇ ਜਿਹੜੀ ਵੀ ਗ੍ਰਾਂਟ ਕਿਸੇ ਪੰਚਾਇਤ ਨੂੰ ਕਿਸੇ ਵਾਰਡਬੰਦੀ ਨੂੰ ਦੇਣੀ ਹੁੰਦੀ ਹੈ ਉਸ ਪੰਚਾਇਤ ਦੇ ਸਾਹਮਣੇ ਨਵੇਂ ਉਮੀਦਵਾਰ ਦੇ ਨਾਲ ਵੈਸੇ 30-40 ਸਕਿੰਟ ਕੋ ਗੱਲ ਕਰਦੇ ਆ, ਤੇ ਉਸ ਪੰਚਾਇਤ ਨੂੰ ਤੇ ਹਾਜ਼ਰ ਲੋਕਾਂ ਨੂੰ ਲੱਗਦਾ ਕਿ ਭਾਈ ਨਵੇਂ ਉਮੀਦਵਾਰ ਦੀ ਤਾਂ ਸਿੱਧੀ ਗਾਟੀ ਹੈ, ਬਾਲੀ ਸੁਣਦਾ ਅਗਲਾ ਕਹਿੰਦਾ ਬਾਦਲ ਸਾਹਿਬ ਦੀ ਹੈ ਨਾ ਇੰਨੇ ਚ ਚੜਾਈ ਹੋ ਜਾਂਦੀ ਹੈ, ਜਿਵੇਂ ਉਹ ਕਹਿੰਦੇ ਆ ਨਾ ਕਿ ਥਾਣੇ ਗਈ ਖੋਤੀ ਖੋਤੀਆਂ ਲੜਦੀ, ਬੰਦਾ ਫੀਲਿੰਗ ਲੈ ਲੈਂਦਾ ਹੈ ਨਾ ਫਿਰ, ਜਿਹੜੇ ਕੋਈ ਨੀ ਬਾਦਲ ਸਾਹਿਬ ਕਹਿੰਦੇ ਨਹੀਂ ਤੂੰ ਤਾਂ ਆਪਣਾ ਤੂੰ ਤਾਂ ਕਾਹਨੂੰ ਜਾਣਾ ਹੈ ਨਾ ਕੁਛ ਆਪਣੇ ਕੋਲੋਂ ਬਣਾ ਕੇ ਛੱਡ, ਮਤਲਬ ਇਹ ਵੀ ਇੱਕ ਖਾਸੀਅਤ ਹੈ ਨਹੀਂ ਜਿਹੜੇ ਆਮ ਲੀਡਰ ਨੇ, ਮਾਫ਼ ਕਰਨਾ ਆਮ ਆਦਮੀ ਪਾਰਟੀ ਕਿਉਂ ਫੇਲ ਹੋ ਰਹੀ ਹੈ ਜਾਂ ਕਾਂਗਰਸ ਕਿਉਂ ਫੇਲ ਹੋ ਰਹੀ ਹੈ, ਕੈਪਟਨ ਅਮਰਿੰਦਰ ਦਾ ਇਹੀ ਹਾਲ ਹੈ ਕਿ ਗੱਲ ਆਪਣੇ MLA ਨਾਲ ਸੀਨੀਅਰ ਆਗੂਆਂ ਨਾਲ ਕਰਕੇ ਰਾਜੀ ਨਹੀਂ, ਇਹੀ ਗੱਲ ਇਹੀ ਹਾਲ ਆਪ ਵਾਲਿਆਂ ਦਾ, ਉਹ ਫੀਲਿੰਗ ਬਹੁਤ ਲੈਂਦੇ ਨੇ ਕਿ ਅਸੀਂ ਠੀਕ ਹੈ ਤੁਸੀਂ ਇਮਾਨਦਾਰ ਹੋ, ਤੁਸੀਂ ਤੁਹਾਡੇ ਤੇ ਘੱਟ ਦੋਸ਼ ਨੇ, ਤੁਸੀਂ ਸਿਸਟਮ ਬਦਲਣ ਆਏ ਹੋ, ਇੱਥੇ ਭਾਵੇਂ ਪਾਣੀ ਦੇ ਡਾਕਾ ਪਿਆ ਉਹ ਕੁਛ ਹੋਇਆ ਤੁਹਾਡਾ ਕੋਈ ਦੋਸ਼ ਨਹੀਂ,
ਪਰ ਇੱਥੇ ਜਿਹੜਾ ਸਿਸਟਮ ਚੱਲਦਾ ਨਾ ਕਿ ਰੁੱਸਿਆਂ ਨੂੰ ਮਨਾਉਣਾ, ਜੇ ਤੁਸੀਂ ਕਿਸੇ ਦੀ ਗੱਲ ਨਾ ਸੁਣੋ ਤੇ ਗੋਲਦੇ ਨਹੀਂ ਪੰਜਾਬੀ ਨਾਲ ਤਾਂ ਤੁਸੀਂ ਹੱਸ ਕੇ ਜਵਾਬ ਨਾ ਦਿਓ ਤੇ ਅਗਲਾ ਵੈਸਾ ਹੀ ਹੁੰਦਾ ਹੈ ਨਾ। ਇਸ ਕਰਕੇ ਇਹ ਇੱਥੇ ਫੇਲ ਨੇ। ਬਾਦਲ ਦੀ ਕਾਮਯਾਬੀ ਦਾ ਰਾਜ ਇਹੀ ਹੈ ਕਿ ਜੇ ਪੰਚ ਵੀ ਰੁੱਸ ਗਿਆ ਉਹਨੂੰ ਵੀ ਮਨਾ ਲੈਣਾ, ਇਹਨਾਂ ਦਾ ਜੇ ਕੋਈ ਕਨਵੀਨਰ ਵੀ ਰੁੱਸ ਜੇ ਸਗੋਂ ਉਹਦਾ ਹੋਰ ਉਹਦੇ ਤੇ ਚਿੱਕੜ ਸੁੱਟਣਗੇ, ਹੋਰ ਜਲੀਲ ਕਰਨਗੇ। ਛੋਟੇ ਭਰਾ ਹੀ ਨਿਕਲੇ ਇਹਨਾਂ ਕੋਲੋਂ ਜਾਂ ਬਾਕੀ ਐਂ ਗਏ ਨੇ ਜੀ। ਬਿਲਕੁਲ ਟਵਾਣਾ ਸਾਹਿਬ ਤੇ ਇਹਨਾਂ ਨੂੰ ਬੰਦੇ ਨੂੰ ਭਾਅ ਵੀ ਦੇਣਾ ਆਉਂਦਾ ਤੇ ਬੰਦੇ ਨੂੰ ਥਾਂ ਸਿਰ ਵੀ ਰੱਖਣਾ ਆਉਂਦਾ, ਕਿਉਂਕਿ ਬਥੇਰੇ ਸਿਆਲ ਵੇਖੇ, ਬਥੇਰੀਆਂ ਗਰਮੀਆਂ ਵੇਖੀਆਂ, ਇੱਥੇ ਸ਼ਾਂਤ ਸਮਾਂ ਵੀ ਵੇਖਿਆ, ਅਸ਼ਾਂਤ ਸਮਾਂ ਵੀ ਵੇਖਿਆ, ਉਹ ਵੀ ਸਮਾਂ ਵੇਖਿਆ ਜਦੋਂ ਸਿਆਸਤ ਵਿੱਚ ਥੱਲੇ ਲੱਗ ਚੱਲੇ ਸੀ, ਤੇ ਉਹ ਵੀ ਸਮਾਂ ਵੇਖਿਆ ਜਦੋਂ ਮੁੱਖ ਮੰਤਰੀ ਬਣੇ ਹੋਏ ਨੇ। ਇਹਦੇ ਨਾਲ ਨਾਲ ਟਵਾਣਾ ਸਾਹਿਬ ਇੱਕ ਇਹਨਾਂ ਦਾ ਹੋਰ ਪੈਂਤੜਾ, ਕਿਉਂਕਿ ਸਵੇਰੇ ਜਾਣਾ ਕਿਤੇ ਨਾ ਕਿਤੇ ਚਾਹ ਦਾ ਕੱਪ ਵੀ ਪੀਣਾ ਹੁੰਦਾ, ਭਾਵੇਂ ਪੀਣ ਭਾਵੇਂ ਨਾ ਪੀਣ, ਰੋਟੀ ਟੁੱਕ ਵੀ ਖਾਣਾ ਹੁੰਦਾ। ਸਵੇਰੇ ਚਾਹ ਵੀ ਉਸ ਲੀਡਰ ਦੇ ਘਰ ਜਾ ਕੇ ਪੀਣੀ ਹੈ ਜਿਹੜਾ ਹਲਕੇ ਦੇ ਉਮੀਦਵਾਰ ਦੇ ਨਾਲੋਂ ਨਾਰਾਜ਼ ਹੈ, ਤੇ ਉੱਥੇ ਜਾ ਕੇ ਜਦੋਂ ਸਵਖਤ ਅਗਲੇ ਦੇ ਘਰ ਕੁੰਡਾ ਖੜਕਾ ਦੇਣਾ, ਜਥੇਦਾਰਾ ਖੋਲ ਜਰਾ ਬਾਰ ਤੇਰੇ ਘਰੇ ਆਉਣਾ, ਤੇ ਫਿਰ ਉੱਥੇ ਜਾ ਕੇ ਸੋਫੇ ਤੇ ਨਾਲ ਬਹਿ ਕੇ ਹੱਥ ਦੇ ਵਿੱਚ ਹੱਥ ਫੜ ਕੇ ਕਹਿ ਦੇਣਾ ਕਿ ਜਥੇਦਾਰਾ ਚੇਤਾ ਹੀ ਉਦੋਂ ਜਦੋਂ ਜੇਲ੍ਹਾਂ ਇਕੱਠੇ ਕੱਟੀਆਂ ਸੀ ਉਦੋਂ ਮੋਰਚਾ ਲਾਇਆ ਸੀ, ਲਵੇਰੀ ਬੜੀ ਵਧੀਆ ਰੱਖੀ ਹੈ, ਜਾ ਕੇ ਕੋਲੇ ਖੜ ਜਾਣਾ, ਇਹ ਵੀ ਕਹਿਣਾ ਕਿ ਭਾਈ ਕੋਈ ਗੱਲ ਨੀ, ਹੁਣ ਚਾਹ ਪਾਣੀ ਜਿਹੜਾ ਛਕਾਓ ਤੇ ਜਥੇਦਾਰ ਆਪਾਂ ਜਾਣਾ ਸੰਗਤ ਦਰਸ਼ਨ ਦੇ ਵਿੱਚ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਤੇਰਾ ਮਾਣ ਤਾਣ ਤਾਂ ਆਪਾਂ ਕਰਨਾ। ਸਾਰਾ ਟੱਬਰ ਭੱਬਾਂ ਭਰ ਹੋ ਜਾਂਦਾ ਬਾਟ ਸਾਹਿਬ, ਲੱਗਦਾ ਕੀੜੀ ਦੇ ਘਰ ਰਹਿਣ ਆ ਗਏ ਨੇ, ਅਜੇ ਤਾਂ ਬਾਦਲ ਸਾਹਿਬ ਸਾਡੇ ਘਰੇ ਆ ਗਏ ਨੇ ਹਨਾ ਜੀ। ਤੇ ਟਵਾਣਾ ਸਾਹਿਬ ਜਿਹਦੇ ਘਰੇ ਫਿਰ ਮੁੱਖ ਮੰਤਰੀ ਸਾਹਿਬ ਏਦਾਂ ਚਲੇ ਜਾਂਦੇ, ਅਗਲਾ ਤਾਂ ਪੰਜ ਸੱਤ ਸਾਲ ਪਾਰਟੀ ਛੱਡਣਾ ਦੂਰ ਦੀ ਗੱਲ ਹੈ, ਅਗਲਾ ਤਾਂ ਚਿੱਤਾ ਰੱਖਦਾ ਡਰਾਇੰਗ ਰੂਮ ਚ ਉਦੋਂ ਵੱਡੀ ਕਰਕੇ ਫੋਟੋ ਲੱਗਦੀ ਹੈ ਕਿ ਇਸ ਦਿਨ ਜਦੋਂ ਹੀ ਜਵਾਕਾਂ ਨੂੰ ਭਜਾਉਂਦਾ ਅੱਜ ਲਿਆ ਬਣਾ ਕੇ ਫਰੋਮ ਕਰਾ ਕੇ ਨਾ ਵਧੀਆ ਸੁਨਹਿਰੇ ਰੰਗ ਦੀ ਆ ਬੈਠ ਕੇ ਚਲਾ ਦੇ ਕੇ ਨਾ, ਨਾਲੇ ਬਾਪੂ ਦੀ ਵੀ ਉਮਰ ਵੱਧ ਜਾਂਦੀ ਹੈ ਕਿ ਬਾਦਲ ਸਾਹਿਬ ਘਰੇ ਆ ਗਈ। ਤੇ ਨਾਲ ਦੀ ਨਾਲ ਚਵਾਣਾ ਸਾਹਿਬ ਮੁੜ ਕੇ ਰੋਟੀ ਭਾਵੇਂ ਆਪਣੇ ਡੱਬੇ ਦੇ ਵਿੱਚ ਟਿਫਨ ਦੇ ਵਿੱਚ ਜਿਹੜੀ ਲੈ ਕੇ ਆਏ ਉਹੀ ਖਾਣ, ਪਰ ਐਸੇ ਹੀ ਜਥੇਦਾਰ ਤੇ ਘਰ ਦੁਪਹਿਰ ਦਾ ਖਾਣਾ ਤੇ ਰਾਤ ਦੀ ਰੋਟੀ ਵੀ ਬਹਾਨੇ ਨਾਲ ਉੱਥੇ ਖਾਂਦੇ ਆ, ਤੇ ਜਿੱਦਾਂ ਜਿੱਦਾਂ ਬੁਰਕੀ ਅੰਦਰ ਜਾਈ ਜਾਂਦੀ ਆ ਤੇ ਉਧਰ ਬਗਾਵਤ ਦੀ ਅੱਗ ਜਿਹੜੀ ਉਹ ਠੰਡੀ ਵੀ ਕਰੀ ਜਾਂਦੇ ਆ। ਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੈ ਕਿ ਉਹਨਾਂ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਭਲਵਾਨੀ ਜਿਹੜਾ ਸਿਆਸੀ ਤੌਰ ਤੇ ਮਾਰਨਾ ਜ਼ਰੂਰ ਹੈ। ਜਿਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਐਤਕੀ ਨਵੇਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤੇ ਪੁਰਾਣਿਆਂ ਨੂੰ ਮਨਾਉਣਾ ਹੈ, ਤੇ ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਭਾਵੇਂ ਸੰਗਤ ਦਰਸ਼ਨ ਪਹਿਲਾਂ ਨਾਲੋਂ ਘੱਟ ਕਰ ਰਹੇ ਆ, ਬਹੁਤਾ ਧਿਆਨ ਨੀਂਹ ਪੱਥਰ ਰੱਖਣ ਦੇ ਉੱਤੇ, ਭੂਮੀ ਪੂਜਨ ਦੇ ਉੱਤੇ ਆ, ਤੇ ਜਾਂ ਫਿਰ ਉਦਘਾਟਨ ਕਰਨ ਤੇ ਆ। ਪਰ ਜਦੋਂ ਵੀ ਕਿਤੇ ਉਦਘਾਟਨ ਕਰਨ ਲਈ ਜਾਂਦੇ ਆ, ਨੀਂਹ ਪੱਥਰ ਰੱਖਣ ਲਈ ਜਾਂਦੇ ਆ, ਤਾਂ ਰਸਤੇ ਦੇ ਵਿੱਚ ਜਿਹੜਾ ਵੀ ਇੱਕ ਨਾਰਾਜ਼ ਲੀਡਰ ਮਿਲਦਾ ਹੈ ਉਹਦਾ ਘਰ ਆਉਂਦਾ, ਰਸਤੇ ਦੇ ਵਿੱਚ ਉੱਥੇ ਜਾ ਕੇ ਕੁੰਡਾ ਉਹਦਾ ਵੀ ਖੜਕਾ ਆਉਂਦੇ ਆ, ਤੇ ਕਿਤੇ ਨਾ ਕਿਤੇ ਥੋੜੀ ਬਹੁਤ ਸਫਲਤਾ ਵੀ ਮਿਲੀ ਹੈ। ਵੱਡੇ ਬਾਦਲ ਸਾਹਿਬ ਨੇ ਕੈਪਟਨ ਬਲਵੀਰ ਸਿੰਘ ਬਾਠ ਹੋਰੀ ਮਨਾ ਲਿਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੂੰ ਜਲੰਧਰ ਕੈਂਟ ਚ ਮਨਾਇਆ, ਮੱਕੜ ਸਾਹਿਬ ਦੇ ਗੜ ਨਾਲ ਲਾਇਆ। ਉਹਦੇ ਤੋਂ ਬਾਅਦ ਕਪੂਰਥਲਾ ਦੇ ਜਿਹੜੇ ਸਾਬਕਾ ਟਰਾਂਸਪੋਰਟ ਮੰਤਰੀ ਨੇ ਰਘਵੀਰ ਸਿੰਘ, ਉਹਨਾਂ ਨੂੰ ਮਨਾ ਲਿਆ, ਤੇ ਨਾਲ ਦੀ ਨਾਲ ਅਖੰਡ ਅਕਾਲੀ ਦਲ ਦੇ ਰਘਵੀਰ ਸਿੰਘ ਰਾਜਾ ਸੰਸੀ ਜਿਹੜੇ ਹੈ ਉਹਨਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਆਪਣੇ ਨਾਲ ਤੋਰਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋਏ ਨੇ। ਸੋ ਵੇਖਦੇ ਹਾਂ ਜੀ ਕਿ ਬਦਲੀਆਂ ਹੋਈਆਂ ਨੀਤੀਆਂ ਦੇ ਨਾਲ ਦੋਵੇਂ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੀ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਦੇ ਵਿੱਚ ਕਿੰਨਾ ਕੁ ਲਾਭ ਪਹੁੰਚਾਉਣ ਚ ਕਾਮਯਾਬ ਰਹਿੰਦੇ ਆ। ਬਿਲਕੁਲ, ਜਿਵੇਂ ਉਹ ਭਗਵੰਤ ਮਾਨ ਇੱਕ ਟੋਟਕਾ ਕੱਸਦੇ ਆ, ਕਹਿੰਦਾ ਸਾਡੇ ਬਾਪੂ ਨੇ ਕਹਿੰਦਾ ਕਹਿਣਗੇ ਜੇ ਮੈਨੂੰ ਚਾਹ ਠੰਡੀ ਦਿੱਤੀ ਮੈਂ ਤਾਂ ਗੁਰਦੁਆਰੇ ਦੇ ਨਾਂ ਕਰਾ ਦੂੰ। ਕਹਿੰਦਾ ਇੱਕ ਸੁਖਬੀਰ ਹੋ ਜਾਂਦਾ ਬਾਪੂ, ਕਹਿੰਦਾ ਕਹਿੰਦਾ ਕੋਈ ਨੀ ਜੇ ਵੋਟਾਂ ਨਾ ਪਾਈਆਂ ਗੁਰਦੁਆਰੇ ਵੀ ਇਹਦੇ ਨਾਂ ਕਰਾ ਦੂੰਗਾ। ਮਤਲਬ ਮਿਹਨਤ ਕਿੰਨੀ ਕਰਦੇ ਆ ਹਨਾ। ਹੁਣ ਇਹੋ ਜਿਹਾ ਦੇਖੋ ਆਮ ਜਿਹੜੇ ਬਜ਼ੁਰਗ ਨੇ, ਬਜ਼ੁਰਗ ਕੀ ਆਮ ਬੰਦੇ ਵੀ, ਬਾਠ ਸਾਹਿਬ ਯੰਗ ਪੰਜਾਬ ਦੇ ਯੂਥ ਵੀ ਆ ਜਿਹੜੇ ਮੁਸ਼ਕਤ ਵਾਲੀ ਖੇਤੀ ਕਰਨ ਨੂੰ ਹਟ ਗਏ, ਗੰਨਾ ਬੀਜਣੋਂ ਹਟ ਗਏ, ਹੋਰ ਚੀਜ਼ਾਂ ਤੋਂ ਹਟ ਗਏ ਕਿ ਕੌਣ ਯਾਰ ਠੰਡ 'ਚ ਮਰੂ। ਅਤੇ ਇੱਕ ਬਾਬਾ ਸਵੇਰੇ ਹੀ ਨਿਕਲ ਆਉਂਦਾ, ਸਵੇਰੇ ਪਹਿ ਫੜਦੀ ਨਾਲ ਨਿਕਲ ਆਉਂਦਾ ਅਤੇ ਤਾਰਿਆਂ ਦੀ ਲੋਏ ਲੋਏ ਮੁੜਦਾ ਫਿਰ ਹਨਾ। ਸੋ ਮਿਹਨਤ ਤਾਂ ਹੈ ਹੀ ਹੈ, ਮੰਨਣਾ ਪਏਗਾ ਇਹ ਗੱਲ ਜੀ। ਟਵਾਣਾ ਸਾਹਿਬ ਪੰਜਾਬ ਲਈ ਬਾਦਲ ਸਾਹਿਬ ਚੰਗੇ ਆ ਜਾਂ ਮਾੜੇ ਇੱਕ ਵੱਖਰੀ ਗੱਲ ਹੈ, ਪਰ ਇਸ ਉਮਰ ਦੇ ਵਿੱਚ ਵੀ ਮਿਹਨਤ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਹਨਾਂ ਤੋਂ 20 ਸਾਲ ਛੋਟੀ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਿੰਨੀਆਂ ਵੀ ਪਚਣੋਂ ਹਟ ਜਾਂਦੀਆਂ। ਸਹੀ ਗੱਲ ਹੈ। ਤੇ ਬਾਦਲ ਸਾਹਿਬ ਸਾਰੇ ਪੰਜਾਬ ਨੂੰ ਪਿੰਨੀਆਂ ਖਵਾਈ ਜਾਂਦੇ ਆ ਨਾ, ਕਲੇਜੀ ਦੀ ਪਲੇਟ ਆਪ ਵੀ ਉਹ ਮਾਰਦੇ ਖਾਲੀ ਕਰਕੇ। ਤੇ ਬਿਲਕੁਲ ਇਹ ਤਾਂ ਗੱਲ ਮੰਨਣੀ ਪਵੇਗੀ। ਦੇਖੋ ਐਫਰਟਸ ਨੇ ਜੀ ਹਰ ਬੰਦੇ ਦੀਆਂ, ਜਿਸ ਵੀ ਸ਼ੋਭੇ ਚ ਆ ਉਹ ਜਿੰਨਾ ਕੰਮ ਕਰਦਾ ਠੀਕ ਹੈ, ਔਰ ਮਾੜਾ ਚੰਗਾ ਕੁਛ ਵੀ ਹੋ ਸਕਦਾ, ਪਰ ਇਹ ਗੱਲ ਤਾਂ ਮੰਨਣੀ ਪਵੇਗੀ ਕਿਉਂਕਿ ਪੰਜਾਬ ਦੇ ਵਿੱਚੋਂ ਜੋ ਸਭ ਤੋਂ ਵੱਧ ਲੀਡਰ ਜਿਹੜੇ ਦੌੜਦੇ ਰਹੇ ਨੇ ਉਹਨਾਂ ਦੇ ਵਿੱਚੋਂ ਛੋਟੇ ਪਰ ਨੇ ਬਹੁਤ ਭੱਜ ਨੱਠ ਕੀਤੀ ਹੈ, ਤੇ ਹੁਣ ਜਿਹੜੇ ਨੇ ਇਹ ਬਾਦਲ ਵੀ ਕਰਦੇ ਨੇ। ਬਾਕੀ ਆਪ ਚੋਂ ਤੁਸੀਂ ਦੱਸ ਦਿਓ ਕਿ ਹੋਰ ਕਿਹੜੇ ਹਾਰਡ ਵਰਕਰ ਨੇ ਜਿਹੜੇ ਸੀਨੀਅਰ ਲੀਡਰ ਨੇ ਪਾਰਟੀਆਂ ਦੇ ਜਿਹੜੇ ਵੱਧ ਮੁਸ਼ਕਤ ਕਰਦੇ ਹੁਣ ਜੀ। ਜੀ
ਟੋਣਾ ਸਾਹਿਬ ਕਈ ਬੰਦਿਆਂ ਦੇ ਨਾਮ ਜਿਹੜੇ ਲਏ ਜਾ ਸਕਦੇ ਬੀਬੀ ਭੱਠਲ ਵੀ ਵੈਸੇ ਤਾਂ ਪੁਰਾਣੇ ਹੀ ਆਪਾਂ ਮੰਨ ਲੈਂਦੇ ਹਾਂ ਕਿਉਂਕਿ ਟੱਬਰ ਉਹਨਾਂ ਦਾ ਇਸੇ ਦੌਰ ਦੇ ਵਿੱਚ ਸੀ ਬਾਕੀ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ ਕੋਈ ਖਾਸ ਬੰਦਾ ਜਿਹੜਾ ਗਿਣਿਆ ਨਹੀਂ ਜਾ ਸਕਦਾ ਕਿਉਂਕਿ ਬਹੁਤ ਹੀ ਨਵੇਂ ਲੀਡਰ ਨੇ ਭਗਵੰਤ ਮਾਨ ਹੋਰੀ ਵੀ ਅਜੇ ਹੁਣੇ ਹੁਣੇ ਆਏ ਆ ਅਦਾਲਤ ਕੀਤੀ ਉਹਨਾਂ ਚ ਆਮ ਆਦਮੀ ਪਾਰਟੀ ਦਾ ਇਹ ਹੈ ਨਾ ਕਿ ਇਹ ਤਾਂ ਹੁਣ ਸੁਪਰੀਮ ਨੇ ਜਿੱਥੇ ਮਰਜ਼ੀ ਰੂਟ ਬਣਾ ਲੈਣ ਉਹ ਤਾਂ ਬੰਦਿਸ਼ ਆ ਹੁਣ ਸੁਖਪਾਲ ਖਹਿਰਾ ਆਪਣੇ ਇਲਾਕੇ ਤੋਂ ਗਾਂਹ ਜਾ ਕੇ ਦੂਜੀ ਰੈਲੀ ਕਰਨ ਲੱਗਿਆ ਵੀ ਸੋਚਣਾ ਪੈਂਦਾ ਕਿ ਮੈਂ ਇਹ ਬਿਆਨ ਦੇ ਦਾਂ ਹੈ ਨਾ ਰਿਕੋਗਨਾਈਜ਼ ਨਹੀਂ ਮਤਲਬ ਉਹਨਾਂ ਨੂੰ ਕੀਤਾ ਜਾਂਦਾ ਪਾਰਟੀ ਪੱਧਰ ਤੇ ਆਮ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦਾ ਇੱਕ ਵੱਖਰਾ ਪੈਟਰਨ ਆ ਖੈਰ ਤੇ ਸਰਕਾਰ ਦੇ ਕਿਸਾਨ ਭਲਾਈ ਦੇ ਪੈਸੇ ਦੇ ਨਾਲ ਗੈਸ ਚੁੱਲ੍ਹਿਆਂ ਦੇ ਖਰਚੇ ਚੁੱਕੇ ਜਾਣਗੇ ਜੀ ਟਮਾਣਾ ਸਾਹਿਬ ਕੋਈ ਪਹਿਲੀ ਵਾਰੀ ਇਹ ਦੋਸ਼ ਨਹੀਂ ਲੱਗਾ ਲੰਬੇ ਸਮੇਂ ਤੋਂ ਚਰਚਾ ਚੱਲਦੀ ਆ ਰਹੀ ਹੈ ਦੋਸ਼ ਲੱਗਦੇ ਆ ਰਿਹਾ ਕਿ ਪੰਜਾਬ ਸਰਕਾਰ ਇੱਕ ਕੰਮ ਦੇ ਪੈਸੇ ਦੂਜੇ ਕੰਮ ਲਈ ਵਰਤਦੀ ਹੈ ਤੇ ਇਹ ਤੋਂ ਹੀ ਪਤਾ ਲੱਗਦਾ ਕਿ ਵਕਤ ਨੂੰ ਧੱਕਾ ਹੀ ਦੇ ਰਹੀ ਹੈ ਖਜ਼ਾਨੇ ਦੇ ਵਿੱਚ ਰੌਣਕਾਂ ਰੌਣਕਾਂ ਹੈ ਨਹੀਂ ਤੇ ਪੈਸੇ ਦੀ ਘਾਟ ਹੁੰਦੀ ਆ ਤਾਂ ਫਿਰ ਇਧਰੋਂ ਟੋਪੀ ਉਧਰ ਸੱਜਿਓਂ ਖੱਬੇ ਖੱਬਿਓਂ ਸੱਜੇ ਇਧਰ ਉਧਰ ਕਰਕੇ ਜਿਹੜਾ ਕੰਮ ਚਲਾ ਲੈਂਦੇ ਆ ਪਰ ਜਦੋਂ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਕਿਸੇ ਮੰਤਰੀ ਨੂੰ ਵੱਡੇ ਅਧਿਕਾਰੀ ਨੂੰ ਜਾ ਕੇ ਪੁੱਛਿਆ ਜਾਂਦਾ ਉਹਦੇ ਕੋਲ 100 ਤਰਕ ਹੁੰਦਾ ਬਹੁਤਿਆਂ ਕੋਲ ਤੇ ਇਹੀ ਹੁੰਦਾ ਭਾਈ ਘਰ ਨੂੰ ਤਾਂ ਨਹੀਂ ਲੈਗਾ ਲੋਕਾਂ ਦੇ ਪੈਸੇ ਲੋਕਾਂ ਤੇ ਲਾਏ ਆ ਤੁਸੀਂ ਐਵੇਂ ਗੱਲ ਨੂੰ ਜਿਹੜਾ ਅੱਗੇ ਨਾ ਵਧਾਓ ਸਾਨੂੰ ਕੰਮ ਕਰਨ ਦਿਓ ਵਿਕਾਸ ਦੀਆਂ ਹਨੇਰੀਆਂ ਲਿਆਤੀਆਂ ਪੰਜਾਬ 'ਚ ਜੀ ਹੁਣ ਇੱਕ ਵਾਰੀ ਫੇਰ ਟਵਾਣਾ ਸਾਹਿਬ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਉਹ ਸਾਹਮਣੇ ਆ ਗਿਆ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨੇ ਬੀਪੀਐਲ ਕਾਰਡ ਧਾਰਕ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਿਸਾਨਾਂ ਦੀ ਭਲਾਈ ਦੇ ਰੱਖਿਆ ਗਿਆ ਜਿਹੜਾ ਪੈਸਾ ਉਹ ਗੈਸ ਚੁੱਲ੍ਹਿਆਂ ਦੇ ਉੱਤੇ ਪੰਜਾਬ ਸਰਕਾਰ ਨੇ ਖਰਚ ਕਰ ਦਿੱਤਾ ਤੇ ਦੂਜਾ ਮਸਲਾ ਸਾਹਮਣੇ ਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਮੁਹਿੰਮ ਚਲਾਈ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਉਸ ਮੁਹਿੰਮ ਦੇ ਪੈਸੇ ਜਿਹੜੇ ਆ ਸਾਰੇ ਸੂਬਿਆਂ ਨੂੰ ਪਹੁੰਚੇ ਸੀ ਤੇ ਉਹਨਾਂ ਪੈਸਿਆਂ ਦੇ ਵਿੱਚੋਂ ਪੰਜਾਬ ਸਰਕਾਰ ਨੇ ਕਰੋੜਾਂ ਰੁਪਈਆ ਆਪਣੇ ਪ੍ਰਚਾਰ ਤੇ ਖਰਚ ਦਿੱਤਾ ਜੀ ਹੁਣ ਸ਼ੁਰੂਆਤ ਜਿਹੜੀ ਆਪਾਂ ਇਹਦੇ ਤੋਂ ਕਰਨੀ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਬੀਪੀਐਲ ਦਾਇਰੇ ਦੇ ਵਿੱਚ ਆਉਣ ਵਾਲੇ ਪਰਿਵਾਰ ਨੇ ਕੇਂਦਰ ਸਰਕਾਰ ਨੇ ਸਕੀਮ ਚਲਾਈ ਸੀ ਕਿ ਆਪਾਂ ਉਹਨਾਂ ਨੂੰ ਪਾਥੀਆਂ ਤੇ ਜਿਹੜਾ ਬਾਲਣ ਚੁੱਲ੍ਹੇ ਦੇ ਵਿੱਚ ਬਾਲਦੇ ਆ ਜਿਹਦੇ ਨਾਲ ਪ੍ਰਦੂਸ਼ਣ ਹੁੰਦਾ ਉਹਦੇ ਤੋਂ ਹਟਾ ਕੇ ਆਪਾਂ ਗੈਸ ਦੇ ਉੱਤੇ ਲੈ ਕੇ ਆਉਣਾ ਕਿ ਭਾਈ ਤੁਸੀਂ ਗੈਸ ਚੁੱਲ੍ਹੇ ਬਾਲੋ ਕੇਂਦਰ ਸਰਕਾਰ ਨੇ ਉਹਨਾਂ ਨੂੰ ਮੁਫ਼ਤ ਕਨੈਕਸ਼ਨ ਦੇਣਾ ਸੀ ਇੱਕ ਸਿਲੰਡਰ ਦੇਣਾ ਸੀ ਗੈਸ ਨਾਲ ਭਰਿਆ ਤੇ ਪੰਜਾਬ ਸਰਕਾਰ ਨੇ ਨਾਲ ਆਪਣਾ ਚੁੱਲ੍ਹਾ ਰੈਗੂਲੇਟਰ ਤੇ ਪਾਈਪ ਜੋੜ ਦਿੱਤੇ ਕਿ ਭਾਈ ਅਸੀਂ ਵੀ ਦਿੰਦੇ ਹਾਂ ਤੇ ਜਦੋਂ ਪੰਜਾਬ ਸਰਕਾਰ ਨੇ ਇਹ ਤਿੰਨ ਚੀਜ਼ਾਂ ਦੇਣ ਦਾ ਫੈਸਲਾ ਕਰ ਲਿਆ ਫਿਰ ਉਹ ਖਜ਼ਾਨੇ ਵਾਲੇ ਢੋਲ ਜਿਹਾ ਦੇ ਵਿੱਚ ਹੱਥ ਮਾਰਿਆ ਕਿ ਭਾਈ ਪੈਸੇ ਤਾਂ ਚਾਹੀਦੇ ਨੇ ਜੇ ਤਿੰਨ ਚੀਜ਼ਾਂ ਭਾਵੇਂ ਸਸਤੀਆਂ ਦੀ ਲੈ ਲਈਏ ਜੇ ਖਰੀਦ ਕੇ ਪੰਜਾਬ ਦੇ ਲੱਖਾਂ ਲੋਕਾਂ ਤੱਕ ਪਹੁੰਚਾਉਣੀਆਂ ਕਿੰਨਾ ਸਾਰਾ ਹੱਥ ਮਾਰਿਆ ਥੱਲੇ ਤਾਂ ਹੀ ਦੇਖਿਆ ਬੈਟਰੀ ਮਾਰ ਕੇ ਵੇਖਿਆ ਉਹਦੇ ਵਿੱਚ ਕੁਝ ਵੀ ਨਹੀਂ ਤੇ ਜਦੋਂ ਖਜ਼ਾਨਾ ਖਾਲੀ ਸੀ ਉਹਦੇ ਤੋਂ ਬਾਅਦ ਫਿਰ ਕਹਿੰਦੇ ਕੋਈ ਵੋਟਾਂ ਵਾਲਾ ਤੋਪਾ ਤਾਂ ਭਾਈ ਆਪਾਂ ਭਰਨਾ ਭਰਨਾ ਇਹ ਕੰਮ ਤਾਂ ਕਰਨਾ ਹੀ ਕਰਨਾ ਫਿਰ ਕਦੇ ਸੱਜੇ ਵੇਖ ਤੇ ਕਦੇ ਖੱਬੇ ਵੇਖ ਇੰਨੇ ਨੂੰ ਨਜ਼ਰ ਦੇ ਵਿੱਚ ਆ ਗਿਆ ਖੇਤੀ ਵਿਭਾਗ ਦਾ ਸਮਾਜਿਕ ਸੁਰੱਖਿਆ ਫੰਡ ਉਹਦੇ ਵਿੱਚੋਂ 50 ਕਰੋੜ ਰੁਪਈਏ ਲਏ ਤੇ ਚੱਕ ਕੇ ਦੇ ਦਿੱਤੇ ਇੰਡੀਅਨ ਆਇਲ ਇੰਡਸਟਰੀ ਨੂੰ ਕਿ ਭਾਈ ਤੁਸੀਂ ਸਾਨੂੰ ਚੁੱਲ੍ਹੇ ਪਾਈਪ ਤੇ ਰੈਗੂਲੇਟਰ ਸਪਲਾਈ ਕਰਨਾ ਹੁਣ 50 ਕਰੋੜ ਰੁਪਈਆ ਜਿਹੜਾ ਚੁੱਲ੍ਹੇ ਖਰੀਦਣ ਦੇ ਲਈ ਪੰਜਾਬ ਸਰਕਾਰ ਨੇ ਦੇ ਦਿੱਤਾ ਉਹ ਅਸਲ ਦੇ ਵਿੱਚ ਨਿਯਮਾਂ ਦੇ ਤੌਰ ਤੇ ਵਰਤਿਆ ਕਿੱਥੇ ਜਾਣਾ ਸੀ ਉਹ ਵਰਤਿਆ ਜਾਣਾ ਸੀ ਟਵਾਣਾ ਸਾਹਿਬ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਉਹਦਾ ਪ੍ਰਯੋਗ ਕੀਤਾ ਜਾਣਾ ਸੀ ਪੰਜਾਬ ਦੀ ਛੋਟੀ ਕਿਸਾਨੀ ਨੂੰ ਤਕਨੀਕ ਦੇ ਨਾਲ ਜੋੜਨ ਦੇ ਲਈ ਉਹਦੀ ਵਰਤੋਂ ਕੀਤੀ ਜਾਣੀ ਸੀ ਕਿਸਾਨਾਂ ਦੇ ਸਿਹਤ ਬੀਮਾ ਯੋਜਨਾ ਦੇ ਵਿੱਚ ਪਰ ਉਹ ਇਧਰਲੇ ਪਾਸੇ ਨਹੀਂ ਵਰਤਿਆ ਗਿਆ ਗੈਸ ਚੁੱਲ੍ਹੇ ਖਰੀਦ ਲਿਆ ਗਿਆ ਉਹਦੇ ਨਾਲ ਪਾਈਪਾਂ ਖਰੀਦ ਲਈਆਂ ਗਈਆਂ ਸ਼ਾਇਦ ਸਰਕਾਰ ਨੂੰ ਲੱਗਦਾ ਹੋਊਗਾ ਕਿ ਭਾਈ ਪੰਜਾਬ ਦੇ ਕਿਸਾਨਾਂ ਨੂੰ ਕੋਈ ਬਹੁਤੀ ਸਮੱਸਿਆ ਨਹੀਂ ਤਕਨੀਕ ਦੇ ਨਾਲ ਜੁੜੇ ਹੋਏ ਨੇ ਜਾਗਰੂਕ ਕਰਨ ਦੀ ਕੀ ਲੋੜ ਹੈ ਇਹਨਾਂ ਨੂੰ ਸਭ ਪਤਾ ਕਿ ਬਿਮਾਰੀਆਂ ਕਦੋਂ ਲੱਗਣੀਆਂ ਕਿਹੜੀ ਦਵਾਈ ਪਾਉਣੀ ਆ ਵੱਖਰੀ ਗੱਲ ਹੈ ਕਿ ਬਾਅਦ 'ਚ ਭਾਵੇਂ ਨਰਮਾ ਸਾਰਾ ਚਿੱਟੀ ਮੱਖੀ ਚੱਟ ਜਾਏ ਹੁਣ ਦੂਸਰੇ ਪਾਸੇ ਚੁੱਲ੍ਹਿਆਂ ਦੇ ਉੱਤੇ ਬਾਦਲ ਸਾਹਿਬ ਦੀ ਤਸਵੀਰ ਵੀ ਲੱਗਣੀ ਹੈ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਸਟਿੱਕਰ ਵੀ ਲੱਗਣਾ ਹੁਣ ਪੰਜਾਬ ਸਰਕਾਰ ਨੇ ਫੈਸਲਾ ਤਾਂ ਕਰ ਲਿਆ ਕਿ ਚਲੋ ਭਾਈ ਆਪਾਂ ਚੁੱਲ੍ਹੇ ਦੇਣੇ ਆ ਤਾਂ ਪੇੜਾ ਕਰਦੀ ਬੀਬੀ ਨੂੰ ਵੀ ਨਜ਼ਰ ਆਵੇ ਰੋਟੀ ਬੇਲਦੀ ਨੂੰ ਵੀ ਨਜ਼ਰ ਆਵੇ ਚੁੱਲ੍ਹੇ ਦੇ ਉੱਤੇ ਤਵਾ ਰੱਖ ਕੇ ਪਕਾਉਂਦੀ ਨੂੰ ਵੀ ਨਜ਼ਰ ਆਏ ਕਿ ਭਾਈ ਬਾਦਲ ਸਾਹਿਬ ਨੇ ਚੁੱਲ੍ਹਾ ਦਿੱਤਾ ਤਾਂ ਬੱਲੇ ਬੱਲੇ ਹੋ ਜਾਏ ਸਵੇਰੇ ਦੁਪਹਿਰੇ ਸ਼ਾਮ ਤਿੰਨੋਂ ਟਾਈਮ ਪਰ ਟਵਾਣਾ ਸਾਹਿਬ ਜਿਹੜੇ ਸਟਿੱਕਰ ਲੱਗਣੇ ਉੱਪਰੋਂ ਤਾਂ ਅਸਮਾਨੋਂ ਤਾਂ ਡਿੱਗਣੇ ਨਹੀਂ ਪੰਜਾਬ ਸਰਕਾਰ ਦੇ ਕਿਸੇ ਲੀਡਰ ਨੇ ਘਰੋਂ ਤਾਂ ਪੈਸਾ ਖਰਚਣਾ ਨਹੀਂ ਸੋ ਪੰਜਾਬ ਸਰਕਾਰ ਨੇ ਜਦੋਂ ਇਹ ਸਟਿੱਕਰ ਬਣਾਉਣ ਦਾ ਫੈਸਲਾ ਕੀਤਾ ਤਾਂ ਚੰਡੀਗੜ੍ਹ ਦੀ ਇੱਕ ਪ੍ਰਿੰਟਿੰਗ ਪ੍ਰੈਸ ਨੂੰ ਠੇਕਾ ਦਿੱਤਾ 11 ਕਰੋੜ ਰੁਪਈਏ ਦਾ ਫਿਰ ਰੌਲਾ ਪੈ ਗਿਆ ਕਿ 11 ਕਰੋੜ ਰੁਪਈਆ ਆਵੇ ਕਿੱਥੋਂ ਉਸੇ ਵੇਲੇ ਚੇਤੇ ਆ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਯੋਜਨਾ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਉਹਦੇ 11 ਲੱਖ ਜਿਹੜੇ ਕਰੋੜ ਰੁਪਈਏ ਨੇ ਉਹ ਇਹਨਾਂ ਸਟਿੱਕਰਾਂ ਦੇ ਉੱਤੇ ਖਰਚ ਦਿੱਤੇ ਗਏ ਤੇ ਉਹ ਸਟਿੱਕਰ ਜਿਹੜੇ ਨੇ ਉਹ ਹੁਣ ਇਹਨਾਂ ਗੈਸ ਚੁੱਲ੍ਹਿਆਂ ਦੇ ਉੱਤੇ ਲੱਗ ਕੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਰਹੇ ਆ ਇਹਦੇ ਉੱਤੇ ਪ੍ਰਾਪਤੀਆਂ ਵੀ ਸਰਕਾਰ ਦੀਆਂ ਲਿਖੀਆਂ ਹੋਈਆਂ ਤੇ ਜਦੋਂ ਸਿਹਤ ਮੰਤਰੀ ਪੰਜਾਬ ਸਰਕਾਰ ਸੁਰਜੀਤ ਜਿਆਣੀ ਹੋਰਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਆਹ ਮੰਤਰੀ ਸਾਹਿਬ ਕੀ ਹੋਈ ਜਾਂਦਾ ਪੈਸੇ ਕਿਸਾਨਾਂ ਦੇ ਰੱਖੇ ਆ ਚੁੱਲ੍ਹੇ ਖਰੀਦ ਲਏ ਪੈਸੇ ਵਿਦਿਆਰਥੀਆਂ ਦੇ ਰੱਖੇ ਆ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕੰਪੀਟੀਸ਼ਨ ਹੋਣੇ ਸੀ ਸਕੂਲਾਂ ਕਾਲਜਾਂ ਦੇ ਵਿੱਚ
ਉਹਨਾਂ ਨੂੰ ਵਜੀਫੇ ਦਿੱਤੇ ਜਾਣੇ ਸੀ ਕਿ ਉਹਨਾਂ ਦੀ ਪੜ੍ਹਾਈ ਆ ਤੇ ਬਾਟੇ ਨਾਲ ਛੁੱਟੇ ਤੇ ਤੁਸੀਂ ਉਹਦੇ ਸਟਿੱਕਰ ਬਣਵਾ ਕੇ ਚੁੱਲ੍ਹਿਆਂ ਦੇ ਉੱਤੇ ਲਾ ਤੇ ਚਲੋ ਚੁੱਲ੍ਹੇ ਦੇਣੇ ਸੀ ਦੇ ਦਿੰਦੇ ਤਾਂ ਸਟਿੱਕਰਾਂ ਦੇ ਉੱਤੇ 11 ਕਰੋੜ ਰੁਪਇਆ ਖਰਚ ਕਰਨ ਦੀ ਲੋੜ ਕੀ ਸੀ। ਅੱਗੋਂ ਜਿਆਣੀ ਸਾਹਿਬ ਕਹਿੰਦੇ ਕਿ ਭਾਈ ਗੱਲ ਸੁਣ ਲਓ, ਕੋਈ ਵੱਡੀ ਗੱਲ ਨਹੀਂ, ਸਰਕਾਰ ਦਾ ਪੈਸਾ ਤੇ ਸਰਕਾਰ ਆਪਣਾ ਪੈਸਾ ਕਿਤੇ ਵੀ ਖਰਚ ਸਕਦੀ ਹੈ, ਲੋਕਾਂ ਦੀ ਭਲਾਈ ਲਈ ਕਹਿੰਦੇ ਖਰਚਣ ਲੱਗੇ ਆ। ਤੇ ਜਿੱਥੋਂ ਤੱਕ ਕਹਿੰਦੇ ਸਟਿੱਕਰਾਂ ਦੀ ਗੱਲ ਹੈ, ਸਾਨੂੰ ਕਹਿੰਦੇ ਪੂਰਾ ਹੱਕ ਹੈ ਜੇ ਅਸੀਂ ਕੰਮ ਕੀਤਾ ਤਾਂ ਉਸ ਕੰਮ ਦਾ ਪ੍ਰਚਾਰ ਲੋਕਾਂ ਦੇ ਵਿੱਚ ਕਰਨ ਦੇ ਲਈ ਸਰਕਾਰ ਦਾ ਪੈਸਾ ਖਰਚ ਕਰ ਸਕਦੇ ਹਾਂ। ਸੋ ਵੇਖਦੇ ਹਾਂ ਟਵਾਣਾ ਸਾਹਿਬ, ਸਟਿੱਕਰਾਂ ਤੇ ਗੈਸ ਵਾਲੇ ਚੁੱਲ੍ਹੇ ਜਿਹੜੇ ਨੇ ਉਹ ਸਿਆਸੀ ਤੌਰ ਦੇ ਉੱਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਕਿੰਨੇ ਕੁ ਲਾਹੇਵੰਦ ਸਾਬਿਤ ਹੁੰਦੇ ਨੇ। ਜੀ ਬਾਟ ਸਾਹਿਬ, ਅਗਲੀ ਖ਼ਬਰ ਇਹਦੇ ਨਾਲ ਕਿਹੜੀ ਚੁੱਕ ਰਹੇ ਹੋ? ਟਵਾਣਾ ਸਾਹਿਬ, ਕਾਂਗਰਸ ਦੇ ਉਮੀਦਵਾਰਾਂ ਦੀ ਗੱਲ ਕਰ ਲਈਏ, 10-12 ਦਿਨ ਹੋ ਗਿਆ ਨਵੀਂ ਸੂਚੀ ਆਈ ਨਹੀਂ। ਹੁਣ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਕਾਂਗਰਸ ਪਾਰਟੀ ਨੇ ਜਾਰੀ ਕੀਤੀ ਸੀ ਤੇ ਉਹਦੇ ਤੋਂ ਬਾਅਦ ਕਪਤਾਨ ਸਾਹਿਬ ਕਹਿੰਦੇ ਸੀ ਦਿਨ 5-4 ਹੀ ਲੰਘਣੇ ਆ, ਅਸੀਂ ਦੂਸਰੀ ਤੇ ਆਖਰੀ ਸੂਚੀ ਵੀ ਜਾਰੀ ਕਰ ਦੇਣੀ ਆ, ਪਰ ਇਸ ਤਰੀਕੇ ਹੋ ਨਹੀਂ ਸਕਿਆ। ਹੁਣ ਅਜੇ ਤੱਕ 10 ਦਿਨ ਬੀਤਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਵਾਲੇ ਚਿੰਤਨ ਵੀ ਕਰ ਰਹੇ ਆ, ਮੰਥਨ ਵੀ ਕਰ ਰਹੇ ਆ, ਪਰ ਚਿੰਤਨ ਤੇ ਮੰਥਨ ਤੋਂ ਵੀ ਦੁੱਗਣਾ ਵਿਵਾਦ ਪੈਦਾ ਹੋ ਗਿਆ। ਬਹੁਤ ਸਾਰੀਆਂ ਸੀਟਾਂ ਦੇ ਉੱਤੇ ਉਮੀਦਵਾਰਾਂ ਦੀ ਚੋਣ ਦਾ ਪੇਚਾ ਅਜੇ ਤੱਕ ਵੀ ਫਸਿਆ ਹੋਇਆ ਤੇ ਉਮੀਦ ਹੈ ਕਿ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਦੂਸਰੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰ ਦੂ, ਜਿਹੜੀ ਕਿ 20 ਤੋਂ ਲੈ ਕੇ 24 ਉਮੀਦਵਾਰਾਂ ਦੀ ਹੋ ਸਕਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੂਸਰੀ ਸੂਚੀ ਦੇ ਜਨਤਕ ਹੋਣ ਤੋਂ ਪਹਿਲਾਂ ਇੱਕ ਬਿਆਨ ਦੇ ਦਿੱਤਾ ਜਿਹਦੇ ਕਰਕੇ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੇ ਅੰਬਲਾਂ ਦੇ ਉੱਤੇ ਸਿਕਰੀ ਆ ਗਈ। ਕੈਪਟਨ ਸਾਹਿਬ ਕਹਿੰਦੇ ਕਿ ਸਾਨੂੰ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟਣੀਆਂ ਪੈਣੀਆਂ, ਕੱਟਣੀਆਂ ਇਸ ਕਰਕੇ ਪੈਣੀਆਂ ਕਿਉਂਕਿ ਉਹ ਪੂਰਾ ਸਰਗਰਮ ਨਹੀਂ ਰਹੇ ਆਪਣੇ ਹਲਕਿਆਂ ਦੇ ਵਿੱਚ, ਤੇ ਸਾਨੂੰ ਨਹੀਂ ਲੱਗਦਾ ਕਿ ਐਤਕੀ ਜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਉਹ ਆਪਣੇ ਹਲਕੇ ਦੇ ਵਿੱਚ ਜਿੱਤ ਸਕਣਗੇ। ਹੁਣ ਕਈਆਂ ਨੇ ਇਸੇ ਕਰਕੇ ਦਿੱਲੀ ਜਾ ਕੇ ਡੇਰੇ ਲਾ ਲਏ, ਇੱਕ ਵਾਰੀ ਫਿਰ ਟੈਲੀਫੋਨ ਖੜਕਾਉਣ ਲੱਗ ਪਿਆ ਕਿ ਭਾਈ ਟਿਕਟ ਬਚਾ ਲਓ, ਇੱਥੋਂ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਸੀਟ ਆਪੇ ਪਾ ਦੂੰ। ਇਹਨਾਂ ਦੇ ਵਿੱਚੋਂ ਲੁਧਿਆਣਾ ਉੱਤਰੀ ਦੇ ਵਿਧਾਇਕ ਰਾਕੇਸ਼ ਪਾਂਡੇ, ਖਰੜ ਦੇ ਕਾਂਗਰਸੀ MLA ਜਗਮੋਹਨ ਸਿੰਘ ਕੰਗ ਤੇ ਬੰਗਿਆਂ ਦੇ ਕਾਂਗਰਸੀ ਵਿਧਾਇਕ ਜਿਹੜੇ ਨੇ ਤਰਲੋਚਨ ਸਿੰਘ ਸੋਂਡ, ਉਹ ਇਸ ਵੇਲੇ ਸਭ ਤੋਂ ਉੱਪਰ ਆਉਂਦੇ ਇਸ ਸੂਚੀ ਦੇ ਵਿੱਚ, ਜਿਨ੍ਹਾਂ ਦੀਆਂ ਟਿਕਟਾਂ ਲੱਗਦਾ ਕਿ ਸੱਚੀ ਮੁੱਚੀ ਜਿਹੜੀਆਂ ਉਹ ਕੱਟੀਆਂ ਜਾਣੀਆਂ, ਕੋਸ਼ਿਸ਼ ਕਰ ਰਿਹਾ ਕਿ ਟਿਕਟਾਂ ਬਚਾ ਲਈਏ। ਪਰ ਦੂਸਰੇ ਪਾਸੇ ਜਿਹੜੇ ਦਲ ਬਦਲੀ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਆਏ ਨੇ ਲੀਡਰ ਤੇ ਵਿਧਾਇਕ, ਉਹਨਾਂ ਨੂੰ ਟਿਕਟਾਂ ਕਦੋਂ ਮਿਲਣੀਆਂ ਇਹਦੇ ਬਾਰੇ ਵੀ ਅਜੇ ਤੱਕ ਦੁਚਿੱਤੀ ਵਾਲੀ ਸਥਿਤੀ ਜਿਹੜੀ ਬਰਕਰਾਰ ਹੈ। ਪਰ ਆਖਰੀ ਜੋ ਸੰਕੇਤ ਮਿਲੇ ਸੀ ਉਹਦੇ ਅਨੁਸਾਰ ਡਾਕਟਰ ਨਵਜੋਤ ਕੌਰ ਸਿੱਧੂ, ਪ੍ਰਗਟ ਸਿੰਘ, ਸਰਵਣ ਸਿੰਘ ਫਲੌਰ, ਇੰਦਰਵੀਰ ਸਿੰਘ ਬੁਲਾਰੀਆ ਤੇ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਘੁਬਾਇਆ, ਇਹਨਾਂ ਸਾਰਿਆਂ ਦੇ ਨਾਮ ਦੂਸਰੀ ਸੂਚੀ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਜਾਣਗੇ, ਪਰ ਇਹਨਾਂ ਦੇ ਹਲਕੇ ਵੀ ਖਾਲੀ ਰੱਖੇ ਜਾਣਗੇ। ਤੇ ਜਦੋਂ ਫਿਰ 28 ਦਸੰਬਰ ਤੋਂ ਬਾਅਦ ਉਮੀਦ ਹੈ ਕਿ ਤੀਸਰੀ ਸੂਚੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸਾਹਮਣੇ ਆਏਗੀ, ਤਾਂ ਉਹਨਾਂ ਦੇ ਵਿੱਚ ਦਲ ਬਦਲੀ ਕਰਕੇ ਆਏ ਇਹਨਾਂ ਵੱਡੇ ਲੀਡਰਾਂ ਦੇ ਨਾਮ ਜਿਹੜੇ ਆ ਉਹ ਸ਼ਾਮਿਲ ਹੋ ਸਕਦੇ ਆ। ਇਹ ਵੀ ਗੱਲ ਤਕਰੀਬਨ ਟਵਾਣਾ ਸਾਹਿਬ ਤੈਅ ਮੰਨੀ ਜਾਂਦੀ ਹੈ ਕਿ 117 ਦੇ ਵਿੱਚੋਂ 15 ਵਿਧਾਨ ਸਭਾ ਹਲਕੇ ਐਸੇ ਨੇ ਜਿਨ੍ਹਾਂ ਤੋਂ ਆਪਣੇ ਬੰਦਿਆਂ ਨੂੰ ਉਮੀਦਵਾਰ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਜ਼ੋਰ ਪੂਰਾ ਲਾਇਆ ਹੋਇਆ, ਤੇ ਇਹਨਾਂ ਹਲਕਿਆਂ ਤੋਂ ਪ੍ਰਤਾਪ ਸਿੰਘ ਬਾਜਵਾ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਕੁਝ ਇੱਕ ਬੰਦਿਆਂ ਨੂੰ ਐਡਜਸਟ ਕੀਤਾ ਜਾਵੇ, ਟਿਕਟਾਂ ਦਿੱਤੀਆਂ ਜਾਣ। ਪਰ ਇਹ 15 ਹਲਕੇ ਉਹ ਹਲਕੇ ਨੇ ਜਿਨ੍ਹਾਂ ਹਲਕਿਆਂ ਦੇ ਬਾਰੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਜਿਹੜਾ ਸਰਵੇਖਣ ਕੀਤਾ ਉਹ ਰਾਹੁਲ ਗਾਂਧੀ ਹੋਰਾਂ ਨੂੰ ਸਭ ਤੋਂ ਵਧੀਆ ਲੱਗਿਆ, ਤੇ ਲੱਗਦਾ ਕਿ ਐਤਕੀ 15 ਕੁ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਹੈਰਾਨੀਜਨਕ ਢੰਗ ਦੇ ਨਾਲ ਉਮੀਦਵਾਰਾਂ ਦੀ ਚੋਣ ਸੰਬੰਧੀ ਫੈਸਲੇ ਲਏਗੀ। ਤੇ ਨਾਲ ਦੀ ਨਾਲ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ, ਉਹਨਾਂ ਨੇ ਸਪਸ਼ਟ ਕਰ ਦਿੱਤੀ ਇੱਕ ਗੱਲ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਕਿ ਬੰਦਾ ਕਿਹੜੀ ਪਾਰਟੀ ਚੋਂ ਕਿੱਥੇ ਆਇਆ, ਫਰਕ ਕਹਿੰਦੇ ਕੇਵਲ ਇਸ ਗੱਲ ਦਾ ਪੈਂਦਾ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਇਸ ਵਾਰੀ ਕੇਵਲ ਉਹਨਾਂ ਦਾਅਵੇਦਾਰਾਂ ਨੂੰ ਦੇਣੀਆਂ ਜਿਹੜੇ ਦਾਅਵੇਦਾਰ ਜਿੱਤ ਸਕਣ ਦੀ ਸਮਰੱਥਾ ਰੱਖਦੇ ਹੋਣਗੇ। ਤੇ ਚੰਨੀ ਹੋਰਾਂ ਨੇ ਇਹ ਵੀ ਕਹਿਤਾ, ਉਹ ਕਹਿੰਦੇ ਪਿਛਲੀ ਵਾਰ ਧੜੇਬੰਦੀ ਨੂੰ ਸਾਹਮਣੇ ਰੱਖ ਕੇ ਟਿਕਟਾਂ ਕਈ ਵਾਰੀ ਦੇ ਦਿੱਤੀਆਂ ਜਾਂਦੀਆਂ ਸੀ, ਪਰ ਉੱਥੇ ਫਿਰ ਬੰਦਿਆਂ ਤੋਂ ਜਿੱਤਿਆ ਨਹੀਂ ਸੀ ਜਾਂਦਾ, ਪਰ ਐਤਕੀ ਅਸੀਂ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਹੀ ਉਮੀਦਵਾਰਾਂ ਦੀ ਚੋਣ ਜਿਹੜੀ ਉਹ ਕਰਨ ਜਾ ਰਹੇ ਹਾਂ। ਸੋ ਵੇਖਦੇ ਹਾਂ ਜੀ ਕਿ ਕੱਲ੍ਹ ਦਾ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਹੋਣ ਦਾ ਦਿਨ ਹੋਏਗਾ ਜਾਂ ਮਾਮਲਾ ਇੱਕ ਵਾਰੀ ਫਿਰ ਲਟਕਣ ਦੀ ਸੰਭਾਵਨਾ ਬਣੇਗੀ। ਜੀ ਵਿਜੇ ਸਾਂਪਲਾ ਫਲਾਪ ਸਾਬਤ ਹੋ ਰਹੇ ਨੇ ਐਜ਼ ਏ ਪ੍ਰੈਜ਼ੀਡੈਂਟ ਬੀਜੇਪੀ, ਉਹਨਾਂ ਨੇ ਕੋਈ ਥਾਪੜਾ ਨਹੀਂ ਲਿਆ ਰਾਧੇ ਤੋਂ ਬੱਬੂ ਟਵਾਣਾ ਸਾਹਿਬ? ਜੇ ਚੱਲਦਾ ਹੁੰਦਾ ਏਦਾਂ ਹੀ ਮਸਲਾ ਤਾਂ ਵਿਜੇ ਸਾਂਪਲਾ ਹੋਰਾਂ ਨੂੰ ਕਈ ਸਾਲ ਪਹਿਲਾਂ ਟਿਕਟ ਵੀ ਮਿਲ ਜਾਣੀ ਸੀ, ਜਦੋਂ 5 ਦੀ ਟਿਕਟ ਵੀ ਨਹੀਂ ਸੀ ਉਹਨਾਂ ਨੂੰ ਕੋਈ ਦਿੰਦਾ। ਪਰ ਭਾਰਤੀ ਜਨਤਾ ਪਾਰਟੀ ਨੇ ਵਿਜੇ ਸਾਂਪਲਾ ਹੋਰਾਂ ਨੂੰ 3-3 ਅਹੁਦੇ ਦੇ ਕੇ ਆਪਣੇ 2 ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਮੈਂਬਰ ਪਾਰਲੀਮੈਂਟ ਵੀ ਬਣਾਇਆ, ਕੇਂਦਰ ਚ ਵਜ਼ੀਰ ਵੀ ਬਣਾਇਆ, ਸੂਬਾ ਪਾਰਟੀ ਦਾ ਪ੍ਰਧਾਨ ਵੀ ਬਣਾਇਆ। ਤੇ ਜਿਹੜੇ ਦੋ ਟੀਚੇ ਰੱਖੇ ਸੀ ਭਾਰਤੀ ਜਨਤਾ ਪਾਰਟੀ ਨੇ, ਉਹਨਾਂ ਨੂੰ ਪ੍ਰਧਾਨ ਬਣਾ ਕੇ, ਉਹਨਾਂ ਨੂੰ ਮੰਤਰੀ ਬਣਾ ਕੇ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ, ਪਰ ਉਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਟੀਚਾ ਜਿਹੜਾ ਉਹ ਹਾਲ ਦੀ ਘੜੀ ਵਿਜੇ ਸਾਂਪਲਾ ਹੋਰੀ ਪੂਰਾ ਕਰਦੇ ਨਜ਼ਰ ਨਹੀਂ ਆ ਰਹੇ। ਇੱਕ ਤਾਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਸੀ ਕਿ ਭਾਈ ਜੇ ਵਿਜੇ ਸਾਂਪਲਾ ਬੰਦਾ ਪ੍ਰਧਾਨ ਬਣ ਜੂਗਾ, ਇਹਦਾ ਕਿਸੇ ਧੜੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਦੋਵੇਂ ਬੀਜੇਪੀ ਦੇ ਜਿਹੜੇ ਵੱਡੇ ਪੰਜਾਬ ਦੇ ਵਿੱਚ ਧੜੇ ਨੇ ਉਹ ਇਸ ਬੰਦੇ ਤੇ ਸਹਿਮਤ ਹੋ ਜਾਣਗੇ, ਤੇ ਅਸੀਂ ਧੜੇਬੰਦੀ ਨੂੰ ਚਾਹੇ ਆਰਜ਼ੀ ਤੌਰ ਤੇ ਹੀ ਸਹੀ ਪਰ ਉਹਨੂੰ ਦੂਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਤੇ ਦੂਸਰੀ ਗੱਲ ਜਿਹੜੀ ਸੀ ਉਹ ਸੀ ਕਿ ਅਕਾਲੀ ਦਲ ਤੋਂ ਵੱਧ ਸੀਟਾਂ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਚਾਹੁੰਦੀ ਰਹਿੰਦੀ ਹੈ, ਪਰ ਇਹਦੇ ਲਈ ਉਹਨਾਂ ਨੂੰ ਆਪਣੇ ਵੋਟ ਬੈਂਕ ਦੇ ਵਿੱਚ ਆਪਣੇ ਸਮਰਥਕਾਂ ਦੀ ਗਿਣਤੀ ਚ ਵਾਧਾ ਕਰਨਾ ਬਹੁਤ ਜ਼ਰੂਰੀ ਸੀ। ਤੇ ਦੁਆਬੇ ਦੇ ਵਿੱਚ ਦਲਿਤ ਭਾਈਚਾਰੇ ਦੀ ਵਸੋਂ ਨੂੰ ਵੱਧ ਵੇਖਦੇ ਹਾਂ, ਵਿਜੇ ਸਾਂਪਲਾ ਹੋਰਾਂ ਦੀ ਡਿਊਟੀ ਸੀ ਕਿ ਭਾਈ ਤੁਸੀਂ ਦਲਿਤਾਂ ਨੂੰ ਆਪਣੇ ਇਰਦ ਗਿਰਦ ਇਕੱਠੇ ਕਰਨਾ, ਤਾਂ ਜੋ ਹੁਣ ਨਾ ਸਹੀ 2022 ਦੀਆਂ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਮਾੜਾ ਮੋਟਾ ਅੜ ਕੇ ਕਹਿ ਸਕਦੀ ਸੀ ਕਿ ਭਾਈ ਸਾਡੇ ਮਗਰ ਤਾਂ ਇੰਨੇ ਬੰਦੇ ਨੇ, ਇਕੱਠ ਵੇਖ ਲਓ ਸਾਡੇ ਕਿੱਡੇ ਕਿੱਡੇ ਹੋਏ, ਤੇ ਇਸ ਕਰਕੇ ਸਾਨੂੰ ਤੁਸੀਂ 23 ਦੇ ਨਾਲੋਂ ਵੱਧ ਸੀਟਾਂ ਦਿਓ, ਭਾਵੇਂ 29 ਦਿਓ ਤੇ ਭਾਵੇਂ 33 ਦਿਓ, ਪਰ ਵਿਜੇ ਸਾਂਪਲਾ ਹੋਰੀ ਇਹਨਾਂ ਦੋਵਾਂ ਉਦੇਸ਼ਾਂ ਨੂੰ ਪੂਰਾ ਕਰਨ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਹੋ ਗਏ। ਧੜੇਬੰਦੀ ਜਿਹੜੀ ਹੈ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਘਟਣ ਦੀ ਜਗ੍ਹਾ ਸਿਖਰਾਂ ਦੇ ਉੱਤੇ ਪਹੁੰਚ ਗਈ। ਵਿਜੇ ਸਾਂਪਲਾ ਹੋਰਾਂ ਨੇ ਖੁਦ ਆਪਣਾ ਹੀ ਇੱਕ ਧੜਾ ਬਣਾ ਲਿਆ, ਉਹਨੂੰ ਮਜ਼ਬੂਤ ਕਰਨ ਦੇ ਵਿੱਚ ਲੱਗ ਪਏ। ਰਿਪੋਰਟਾਂ ਸਾਰੀਆਂ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਦੇ ਕੋਲ ਨਾਲੋ ਨਾਲ ਪਹੁੰਚੀ ਜਾਂਦੀਆਂ। ਇਹਦੇ ਨਾਲ ਨਾਲ ਦੋ ਵੱਡੇ ਸਮਾਗਮ ਸਾਂਪਲਾ ਹੋਰਾਂ ਨੇ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਕਰਾਏ, ਪਰ ਲੋਕਾਂ ਦੀ ਹਾਜ਼ਰੀ ਦੇ ਪੱਖੋਂ ਬੁਰੀ ਤਰ੍ਹਾਂ ਫੇਲ ਸਾਬਿਤ ਹੋਏ ਇਹ ਦੋਵੇਂ ਸਮਾਗਮ। ਥੋੜੇ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵਿਜੇ ਸਾਂਪਲਾ ਨੇ ਸੱਦਿਆ ਸੋਫੀ ਪਿੰਡ ਦੇ ਵਿੱਚ, ਜ਼ਿਲ੍ਹਾ ਜਲੰਧਰ ਦਾ ਜੀ ਪਿੰਡ ਹੈ। ਹੁਣ ਇਹ ਜ਼ਿਲ੍ਹਾ ਜਲੰਧਰ ਦਾ ਸੋਫੀ ਪਿੰਡ ਕੋਈ ਸਧਾਰਨ ਪਿੰਡ ਨਹੀਂ ਹੈ, ਵਿਜੇ ਸਾਂਪਲਾ ਹੋਰਾਂ ਦਾ ਆਪਣਾ ਜੱਦੀ ਪਿੰਡ ਹੈ। ਇੱਥੇ ਹੀ ਉਹਨਾਂ ਦਾ ਬਚਪਨ ਬੀਤਿਆ, ਇੱਥੇ ਹੀ ਉਹਨਾਂ ਨੇ ਕੰਮਕਾਰ ਕਰਨਾ ਸਿਆਸੀ ਤੌਰ ਤੇ ਸ਼ੁਰੂ ਕੀਤਾ ਤੇ ਅੱਜ ਬੀਜੇਪੀ ਦੇ ਸੂਬਾ ਪ੍ਰਧਾਨ ਬਣੇ ਹੋਏ ਨੇ। ਪਰ ਇਸ ਪਿੰਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆਮਦ ਦੇ ਮੌਕੇ ਟਵਾਣਾ ਸਾਹਿਬ ਜਿੰਨੀਆਂ ਕੁਰਸੀਆਂ ਲਾਈਆਂ ਸੀ ਉਹਨਾਂ ਦੇ ਵਿੱਚ ਉਹਦੀਆਂ ਕੁਰਸੀਆਂ ਖਾਲੀ ਰਹੀਆਂ ਤੇ ਸਕੂਲਾਂ ਦੇ ਵਿੱਚ ਛੁੱਟੀ ਕਰਵਾ ਕੇ ਬੱਚੇ ਉੱਥੇ ਬਿਠਾਉਣੇ ਪਏ। ਸੁਖਬੀਰ ਸਿੰਘ ਬਾਦਲ ਉਦੋਂ ਹੀ ਤਾੜ ਗਿਆ ਸੀ ਕਿ ਭਾਈ ਹਾਲਾਤ ਕੀ ਨੇ ਸਾਡੇ ਬੀਜੇਪੀ ਦੇ ਸੂਬਾ ਪ੍ਰਧਾਨ ਦੇ। ਉਹਦੇ ਤੋਂ ਬਾਅਦ ਐਸਸੀ ਮੋਰਚੇ ਦੀ ਜਿਹੜੀ ਰੈਲੀ ਜਲੰਧਰ ਦੇ ਵਿੱਚ ਹੋਈ ਹੈ ਉਹਦੇ ਵੱਧ ਕੁਰਸੀਆਂ ਉੱਥੇ ਵੀ ਖਾਲੀ ਰਹੀਆਂ ਤੇ ਕੇਂਦਰੀ ਮੰਤਰੀ ਅਰਜੁਨ ਮੇਧਵਾਲ ਨੂੰ ਸੱਦਿਆ ਹੋਇਆ ਸੀ ਵਿਜੇ ਸਾਂਪਲਾ ਨੇ ਆਪਣੇ ਅਸਰ ਸੂਖ ਦੇ ਨਾਲ, ਪਰ ਉਹਨਾਂ ਨੂੰ ਸਰਕਲ ਢੂਸੇ ਵਿੱਚ ਬਿਠਾਤਾ। ਉਹ ਦੇਖਣ ਘੜੀ ਕਿ ਮੈਨੂੰ 11 ਵਜੇ ਦਾ ਟਾਈਮ ਦਿੱਤਾ ਸੀ, 11:30 ਹੋ ਗਿਆ, ਮੈਨੂੰ ਲੈਣ ਕੋਈ ਕਿਉਂ ਨਹੀਂ ਆਇਆ, ਮੈਨੂੰ ਲਿਜਾ ਕੇ ਰੈਲੀ ਦੇ ਵਿੱਚ ਸੰਬੋਧਨ ਕਰਨ ਦਾ ਮੌਕਾ ਦੇਣ, ਮੈਂ ਵਾਪਸ ਦਿੱਲੀ ਵੀ ਜਾਣਾ। ਪਰ ਪੂਰਾ 1.5 ਘੰਟਾ ਕਦੇ ਵਿਜੇ ਸਾਂਪਲਾ ਕਹਿਣ ਜੀ ਕਾਫੀ ਤਾਂ ਤੁਹਾਨੂੰ ਪਿਆ ਕੇ ਭੇਜਣਾ ਰੈਲੀ 'ਚ, ਮੁੜ ਕੇ ਤੁਹਾਡੇ ਕੋਲ ਕਿੱਥੇ ਟਾਈਮ ਹੋਣਾ। ਉਹ ਕਾਫੀ ਪੀ ਕੇ ਕੱਪ ਰੱਖਿਆ ਕਰਨ, ਦੁਬਾਰਾ ਪੁੱਛਣ ਦੀ ਕੋਸ਼ਿਸ਼ ਕਰਨ ਤੇ ਸਾਂਪਲਾ ਸਾਹਿਬ ਇੱਧਰ ਕਹਿ ਦਿਆ ਕਰਨ, ਲਓ ਜੀ ਜਲੰਧਰ ਦੀਆਂ ਟਿੱਕੀਆਂ ਬਹੁਤੀਆਂ ਮਸ਼ਹੂਰ ਨੇ, ਇੱਕ ਇੱਕ ਪਲੇਟ ਟਿੱਕੀ ਦੀ ਹੋ ਜਾ ਮੇਧਵਾਲ ਸਾਹਿਬ। ਹੁਣ 1.5 ਘੰਟਾ ਇੱਦਾਂ ਕਰ ਕਰਕੇ ਲੰਘਾ ਦਿੱਤਾ, ਤੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਸੀ ਕਿ ਪੰਡਾਲ ਦੇ ਵਿੱਚ ਕੋਈ ਬੰਦਾ ਭਾਸ਼ਣ ਸੁਣਨ ਵਾਲਾ ਬੈਠਾ ਹੀ ਨਹੀਂ ਸੀ, ਬਹੁਤੀਆਂ ਕੁਰਸੀਆਂ ਖਾਲੀ ਸੀ। ਫਿਰ ਇਹ ਵੀ ਪਤਾ ਲੱਗਿਆ ਕਿ ਇੱਕ ਕਾਰਖਾਨੇਦਾਰ ਜਿਹੜਾ ਬੀਜੇਪੀ ਦਾ ਲੀਡਰ ਵੀ ਹੈ, ਉਹਦੇ ਕਾਰਖਾਨੇ ਦੇ ਵਿੱਚੋਂ ਵੀ ਬਹੁਤ ਸਾਰੇ ਮਜ਼ਦੂਰ ਬੁਲਾਏ ਗਏ, ਤੇ ਕਈ ਸਕੂਲਾਂ ਦੇ ਵਿਦਿਆਰਥੀ ਜਿਹੜੇ ਆ ਉਹਨਾਂ ਦੇ ਵਿੱਚੋਂ ਵੀ ਥੋੜੀ ਥੋੜੀ ਗਿਣਤੀ 'ਚ ਵਿਦਿਆਰਥੀ ਲਿਆ ਕੇ ਇੱਥੇ ਬਿਠਾਏ ਗਏ, ਤਾਂ ਜੋ ਘੱਟੋ ਘੱਟ ਕੇਂਦਰੀ ਮੰਤਰੀ ਨੂੰ ਇਹ ਨਾ ਲੱਗੇ ਕਿ SC BC ਮੋਰਚੇ ਦਾ ਸੂਬਾ ਪੱਧਰੀ ਸਮਾਗਮ ਹੋਵੇ, ਅੱਧੀਆਂ ਕੁਰਸੀਆਂ ਖਾਲੀ ਹੋਣ ਤੇ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਉਤਸ਼ਾਹ ਕੋਈ ਨਾ ਹੋਵੇ। ਗੱਲ ਜਾਂਦੀ ਕਿੱਧਰ ਨੂੰ ਹੈ ਟਵਾਣਾ ਸਾਹਿਬ? ਮੈਨੂੰ ਤਾਂ ਇਹ ਵੀ ਲੱਗਦਾ ਕਿ ਜੋ ਹਸ਼ਰ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਸੂਬੇ ਦੇ ਵਿੱਚ ਹੋਣ ਜਾ ਰਿਹਾ, ਉਸ ਹਸ਼ਰ ਦੇ ਕਰਕੇ ਵਿਜੇ ਸਾਂਪਲਾ ਹੋਰਾਂ ਨੂੰ ਆਪਣੇ ਮੌਜੂਦਾ 3 ਅਹੁਦਿਆਂ ਦੇ ਵਿੱਚੋਂ ਘੱਟੋ ਘੱਟ 2 ਅਹੁਦੇ ਜਿਹੜੇ ਹੈ ਉਹ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜੇ ਛੱਡਣੇ ਜ਼ਰੂਰ ਪੈਣਗੇ। ਤੇ ਜਿਸ ਤਰੀਕੇ ਲਗਾਤਾਰ ਸਮਾਗਮਾਂ ਦੇ ਵਿੱਚ ਲੋਕਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਟਵਾਣਾ ਸਾਹਿਬ ਇਹ ਵੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ਤੇ ਆਉਣ ਵਾਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਸਿਆਸੀ ਨੁਕਸਾਨ ਹੋਣ ਜਾ ਰਿਹਾ, ਤੇ ਸਾਂਪਲਾ ਸਾਹਿਬ ਦਾ ਧੜਾ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੇਰੂੰ ਖੇਰੂੰ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੋ ਜਾਏ। ਜੀ, ਹਲਕੇ ਪੈਲ ਦਾ ਕੀ ਪੈਲ ਹਲਕੇ ਦੇ ਵਿਕਾਸ ਦੀ ਕੀ ਤਸਵੀਰ ਹੈ ਬਾਟ ਸਾਹਿਬ? ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦਾ ਏਰੀਆ ਇਹ ਰਿਹਾ ਜੀ। ਟਵਾਣਾ ਸਾਹਿਬ, ਜਿਸ ਹਲਕੇ ਦਾ ਮੁੱਖ ਮੰਤਰੀ ਹੋਵੇ ਉਸ ਹਲਕੇ ਦੇ ਵਿੱਚ ਸਾਨੂੰ ਬਿਲਕੁਲ ਵੀ ਸੰਭਾਵਨਾ ਨਹੀਂ ਹੁੰਦੀ ਕਿ ਵਿਕਾਸ ਪੱਖੋਂ ਕੋਈ ਊਣਤਾਈ ਜਿਹੜੀ ਰਹਿ ਗਈ ਹੋਏਗੀ, ਪਰ ਰਹੀ ਜਾਂਦੀ ਹੈ। ਇਹ ਸੂਬਾ ਭਾਵੇਂ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਦਾ ਆਪਣਾ ਸੂਬਾ ਤੇ ਉਸੇ ਸੂਬੇ ਦਾ ਇਹ ਪਾਇਲ ਹਲਕਾ, ਪਰ ਪਾਇਲ ਦੇ ਵਿੱਚ ਜੇ ਆਪਾਂ ਵਿਕਾਸ ਲੱਭਣਾ ਹੋਵੇ ਤਾਂ ਆਪਾਂ ਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ, ਫਿਰ ਵਿਕਾਸ ਜਾ ਕੇ ਕਿਤੇ ਲੱਭਦਾ। ਹਾਲਾਂਕਿ
ਬਹੁਤਾ ਹਲਕਾ ਪੇਂਡੂ ਹੈ, ਛੋਟੇ ਛੋਟੇ ਤਿੰਨ ਕਸਬੇ ਆਉਂਦੇ ਨੇ ਪਾਇਲ, ਦਰਾਹਾ ਤੇ ਮਲੌਦ। ਇਹਨਾਂ ਤਿੰਨਾਂ ਕਸਬਿਆਂ ਦਾ ਜੇ ਆਪਾਂ ਮੋਟਾ ਮੋਟਾ ਜਿਹਾ ਹਿਸਾਬ ਲਾਈਏ ਤਾਂ ਵਸੋਂ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਇਸ ਵਿਧਾਨ ਸਭਾ ਚੋਣ ਦੇ ਉੱਤੇ, ਨਤੀਜੇ ਦੇ ਉੱਤੇ ਕੋਈ ਬਹੁਤਾ ਵੱਡਾ ਪ੍ਰਭਾਵ ਪਾ ਸਕਣ। 2012 ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਟਿਕਟ ਦਿੱਤੀ ਸੀ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਹੋਰਾਂ ਨੂੰ, ਤੇ ਕਾਂਗਰਸ ਦੀ ਟਿਕਟ ਗਈ ਸੀ ਲਖਵੀਰ ਸਿੰਘ ਲੱਖਾ ਦੇ ਕੋਲ, ਤੇ ਅਟਵਾਲ ਹੋਰੀ ਕਿਸਮਤ ਦੇ ਧਨੀ ਨਿਕਲੇ ਤੇ ਉਹਨਾਂ ਨੇ ਲਖਵੀਰ ਸਿੰਘ ਲੱਖਾ ਵਰਗੇ ਨੌਜਵਾਨ ਲੀਡਰ ਨੂੰ 630 ਵੋਟਾਂ ਦੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਚ ਪੈਰ ਰੱਖਿਆ ਤੇ ਅਕਾਲੀਆਂ ਨੇ ਜਾ ਕੇ ਸਪੀਕਰ ਦੀ ਕੁਰਸੀ ਤੇ ਵੀ ਬਹਾਦਰ 5 ਸਾਲ ਹੋ ਗਏ ਮੌਜਾਂ ਕਰਦੇ ਆ। ਤੇ ਉਧਰੋਂ ਐਤਕੀ ਵੀ ਅਕਾਲੀ ਦਲ ਨੇ ਇੱਕ ਵੱਡਾ ਫੇਰਬਦਲ ਕਰਦਿਆਂ ਚਰਨਜੀਤ ਸਿੰਘ ਅਟਵਾਲ ਹੋਰਾਂ ਦੀ ਟਿਕਟ ਕੱਟ ਦਿੱਤੀ ਹੈ, ਤੇ ਈਸ਼ਰ ਸਿੰਘ ਮਿਹਰਬਾਨ ਦੇ ਉੱਤੇ ਸਿਆਸੀ ਤੌਰ ਤੇ ਮਿਹਰਬਾਨੀ ਅਕਾਲੀ ਦਲ ਨੇ ਕੀਤੀ ਕਿ ਭਾਈ ਸਾਡੇ ਉਮੀਦਵਾਰ ਇਸ ਵਿਧਾਨ ਸਭਾ ਹਲਕੇ ਤੋਂ ਤੁਸੀਂ ਹੋਵੋਗੇ। ਉਧਰ ਕਾਂਗਰਸ ਪਾਰਟੀ ਨੇ ਨੌਜਵਾਨ ਨੇਤਾ ਲਖਵੀਰ ਸਿੰਘ ਲੱਖਾ ਦੇ ਉੱਤੇ ਇੱਕ ਵਾਰੀ ਫੇਰ ਭਰੋਸਾ ਪ੍ਰਗਟ ਕੀਤਾ ਕਿ ਭਾਈ ਭਾਵੇਂ ਤੂੰ ਹਾਰ ਗਿਆ ਸੀ ਪਰ ਪਿਛਲੀ ਵਾਰੀ ਵੋਟਾਂ ਬਹੁਤ ਲਈਆਂ ਸੀ ਤੇ ਨਾਲ ਦੀ ਨਾਲ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਵੀ ਹੁੰਦਾ ਰਿਹਾ, ਇਸ ਕਰਕੇ ਟਿਕਟ ਤੇਰੀ। ਤੀਜੇ ਪਾਸੇ ਗੁਰਪ੍ਰੀਤ ਲਾਪਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਵਿਧਾਨ ਸਭਾ ਹਲਕੇ ਤੋਂ ਤਕਰੀਬਨ ਇੱਕ ਵਾਰ ਹਲਕੇ ਦੇ ਹਰ ਇੱਕ ਪਿੰਡ ਦਾ ਦੌਰਾ ਜਿਹੜਾ ਉਹ ਗੁਰਪ੍ਰੀਤ ਲਾਪਰਾ ਹੋਰੀ ਕਰ ਚੁੱਕੇ ਆ। 1969 ਤੋਂ ਲੈ ਕੇ 1980 ਤੱਕ 4 ਵਾਰੀ ਵਿਧਾਨ ਸਭਾ ਦੇ ਮੈਂਬਰ ਰਹੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਕੁੱਲ 9 ਵਾਰ ਕਾਂਗਰਸੀ MLA ਇੱਥੋਂ ਚੁਣਿਆ ਗਿਆ ਤੇ 3 ਵਾਰੀ ਚੁਣਿਆ ਗਿਆ ਅਕਾਲੀ। ਪਰ ਇਲਾਕੇ ਦਾ ਹਲਕੇ ਦਾ ਵਿਕਾਸ ਜਿਹੜਾ ਉਹ ਟਵਾਣਾ ਸਾਹਿਬ ਬੁਰੀ ਤਰ੍ਹਾਂ ਸਿਆਸੀ ਭੇਂਟ ਚੜਿਆ ਹੋਇਆ। ਪਹਿਲੀ ਗੱਲ ਹੈ ਕਿ ਕੋਈ ਬਹੁਤੀ ਵੱਡੀ ਕੋਈ ਸ਼ਲਾਘਾਯੋਗ ਕੰਮ ਹੋ ਨਹੀਂ ਸਕਿਆ ਤੇ ਜੇ ਕੋਈ ਹੋਇਆ ਤਾਂ ਅਜੇ ਤੱਕ ਲਾਗੂ ਨਹੀਂ ਹੋਇਆ। ਹੁਣ ਜਦੋਂ ਅਟਵਾਲ ਸਾਹਿਬ ਨੂੰ ਪੁੱਛਿਆ ਕਿ 4.5 ਸਾਲ ਹੋ ਗਿਆ ਤੁਹਾਨੂੰ ਇਸ ਹਲਕੇ ਦੀ ਪ੍ਰਤੀਨਿਧਤਾ ਕਰਦਿਆਂ ਨੂੰ, ਕੀਤਾ ਕੀ ਹੈ ਜੀ, ਮਾੜਾ ਮੋਟਾ ਦੱਸੋ, 2-4 ਪ੍ਰਾਪਤੀਆਂ ਗੜਾ ਦਿਓ, ਉਹ ਕਹਿੰਦੇ ਕਿ ਪਹਿਲੀ ਗੱਲ ਹੈ ਕਿ ਮੈਂ ਪਾਇਲ ਦੇ ਵਿੱਚ ਤੇ ਦਰਾਹਾ ਦੇ ਵਿੱਚ ਸੀਵਰੇਜ ਪਲਾਂਟ ਜਿਹੜਾ ਮਨਜ਼ੂਰ ਕਰਾਤਾ। ਦੂਜੀ ਗੱਲ ਉਹ ਕਹਿੰਦੇ ਪਾਇਲ ਦੇ ਵਿੱਚ ਅਦਾਲਤਾਂ ਸਥਾਪਿਤ ਕਰਾਈਆਂ, 2 ਜੱਜਾਂ ਦੀ ਨਿਯੁਕਤੀ ਕਰਾਈ, ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਹਿਲਾਂ ਲੋਕਾਂ ਨੂੰ ਤਰੀਕਾ ਤਰੂਕਾ ਭੁਗਤਣ ਦੂਰ ਜਾਣਾ ਪੈਂਦਾ ਸੀ, ਹੁਣ ਕੰਮ ਘਰ ਵਾਲਾ ਹੀ ਹੋ ਗਿਆ। ਇਹਦੇ ਨਾਲ ਨਾਲ ਟਵਾਣਾ ਸਾਹਿਬ ਜਿਹੜਾ ਇੱਕ ਨਰਸਿੰਗ ਇੰਸਟੀਚਿਊਟ ਹੈ ਉਹਦੀ ਪ੍ਰਵਾਨਗੀ ਵੀ ਲੈ ਦਿੱਤੀ, ਤੇ ਨਾਲ ਦੀ ਨਾਲ ਅਟਵਾਲ ਸਾਹਿਬ ਕਹਿੰਦੇ ਕਿ ਨਵਾਂ ਕੁਸ਼ਟ ਆਸ਼ਰਮ ਵੀ ਬਣਾਇਆ ਤੇ ਦਰਾਹਾ ਦੇ ਵਿੱਚ ਰਜਿਸਟਰੀਆਂ ਦਾ ਕੰਮ ਕਾਰ ਦੁਬਾਰਾ ਸ਼ੁਰੂ ਕਰ ਦਿੱਤਾ। ਪਰ ਇਹਦਾ ਮਤਲਬ ਇਹ ਨਹੀਂ ਕਿ ਚਰਨਜੀਤ ਸਿੰਘ ਅਟਵਾਲ ਦੀ ਕਾਰਗੁਜ਼ਾਰੀ ਤੋਂ ਹਲਕੇ ਦੇ ਘੱਟੋ ਘੱਟ ਅਕਾਲੀ ਦਲ ਦੇ ਸਪੋਰਟਰ ਜਿਹੜੇ ਆ ਉਹ ਪੂਰੀ ਤਰ੍ਹਾਂ ਖੁਸ਼ ਹੈ। ਹੁਣ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਇਸ ਹਲਕੇ 'ਚ ਵੀ ਰਹਿ ਗਈਆਂ। ਖਾਸ ਤੌਰ ਤੇ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਈਏ ਕੂੜੇ ਦੇ ਢੇਰ ਲੱਗੇ ਹੋਏ ਨੇ, ਛੱਪੜਾਂ ਦੀ ਕਦੇ ਸਫਾਈ ਨਹੀਂ ਹੋਈ, ਪੀਣ ਵਾਲੇ ਪਾਣੀ ਦੀ ਵੀ ਕਈ ਪਿੰਡਾਂ ਦੇ ਵਿੱਚ ਦਿੱਕਤ ਜਿਹੜੀ ਉਹ ਨਜ਼ਰ ਆ ਰਹੀ ਹੈ। ਇਹਦੇ ਨਾਲ ਨਾਲ ਪਿੰਡਾਂ ਦੇ ਵਿੱਚ ਸੜਕਾਂ ਦਾ, ਗਲੀਆਂ ਦਾ ਤੇ ਨਾਲੀਆਂ ਦਾ ਵੀ ਬੁਰਾ ਹਾਲ ਹੈ। ਹੁਣ ਤਾਂ ਮਾੜਾ ਮੋਟਾ ਕੰਮ ਫੇਰ ਠਹੀਆ ਠੱਪਾ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਲੱਗਣ ਲੱਗ ਪਿਆ। ਨਹੀਂ ਤਾਂ 4 ਸਾਲ ਤੱਕ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਕਿ ਲੋਕੋ ਤੁਹਾਡੀ ਤਕਲੀਫ ਛੋਟੀ ਹੈ ਕਿ ਵੱਡੀ ਹੈ। ਤੇ ਉਧਰ ਡਾਕਟਰਾਂ ਦੀਆਂ ਅਸਾਮੀਆਂ ਕਈ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਖਾਲੀ ਪਈਆਂ, ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਬਾਕੀ ਪੰਜਾਬ ਦੇ ਨਾਲ ਨਾਲ ਇਸ ਪਾਇਲ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਘੱਟ ਹੀ ਨੇ। ਤੇ ਮਲੌਦ ਨੂੰ ਭਾਵੇਂ ਬਲਾਕ ਦਾ ਜਿਹੜਾ ਦਰਜਾ ਉਹ ਦਵਾ ਦਿੱਤਾ ਗਿਆ, ਪਰ ਇਹਦੇ ਬਾਵਜੂਦ ਵੀ ਉੱਥੇ ਬਲਾਕ ਵਾਲੀ ਕੋਈ ਸਹੂਲਤ ਟਵਾਣਾ ਸਾਹਿਬ ਅਜੇ ਤੱਕ ਨਜ਼ਰ ਨਹੀਂ ਆਉਂਦੀ। ਲੋਕ ਅਸੰਤੁਸ਼ਟ ਨੇ, ਨਾ ਮਾਰਕੀਟ ਕਮੇਟੀ ਦੇ ਕੋਲ ਕੋਈ ਦਫ਼ਤਰ, ਨਾ ਪੰਚਾਇਤ ਵਿਭਾਗ ਦੇ ਕੋਲ ਕੋਈ ਦਫ਼ਤਰ, ਨਾ ਸਮਾਜਿਕ ਸੁਰੱਖਿਆ ਵਿਭਾਗ ਦੇ ਕੋਲ ਕੋਈ ਦਫ਼ਤਰ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜਿੱਡੇ ਵੱਡੇ ਸਿਆਸੀ ਕੱਦ ਬੁੱਤ ਦੇ ਲੀਡਰ ਸਨ ਚਰਨਜੀਤ ਸਿੰਘ ਅਟਵਾਲ, ਸਾਨੂੰ ਉਮੀਦਾਂ ਬਹੁਤ ਸੀ ਕਿ ਰਿਕਾਰਡ ਤੋੜ ਜਿਹੜਾ ਵਿਕਾਸ ਕਰਾਉਣਗੇ, ਪਰ ਕਹਿੰਦੇ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਜ਼ਿਆਦਾ ਖਰੇ ਜਿਹੜੇ ਆ ਚਰਨਜੀਤ ਸਿੰਘ ਅਟਵਾਲ ਉਤਰ ਨਹੀਂ ਸਕੇ। ਸੋ ਵੇਖਦੇ ਆ ਟਵਾਣਾ ਸਾਹਿਬ, ਈਸ਼ਰ ਸਿੰਘ ਮਿਹਰਬਾਨ, ਲਖਵੀਰ ਸਿੰਘ ਲੱਖਾ ਤੇ ਗੁਰਪ੍ਰੀਤ ਲਾਪਰਾ ਦੇ ਦਰਮਿਆਨ ਜਿਹੜੀ 2017 ਦੀ ਪੰਜਾਬ ਵਿਧਾਨ ਸਭਾ ਦੀ ਲੜਾਈ ਪਾਇਲ ਹਲਕੇ ਤੋਂ ਲੜੀ ਜਾਣੀ ਹੈ, ਉਹਦੇ ਵਿੱਚੋਂ ਕਿਹੜਾ ਜਰਨੈਲ ਜੇਤੂ ਹੋ ਕੇ ਨਿਕਲਦਾ ਹੈ? ਜੀ, ਤੇ ਉਧਰ ਮਨਪ੍ਰੀਤ ਦੀ ਵੀ ਮੁਖਾਲਫਤ ਕੁਛ ਕਾਂਗਰਸੀ ਕਰੀ ਜਾ ਰਹੇ ਜੀ, ਬਠਿੰਡਾ ਸੀਟ ਤੋਂ ਬਾਦਲ ਦੀ। ਟਵਾਣਾ ਸਾਹਿਬ, ਕਾਂਗਰਸ ਪਾਰਟੀ ਦੇ ਕਈ ਲੀਡਰ ਟਿਕਟ ਭਾਲਦੇ ਸੀ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ, ਮਿਲਣੀ ਤਾਂ ਇੱਕ ਸੀ, ਮਨਪ੍ਰੀਤ ਬਾਦਲ ਦਾ ਨੰਬਰ ਲੱਗ ਗਿਆ। ਹੁਣ ਕਈ ਬੰਦੇ ਕਾਂਗਰਸ ਪਾਰਟੀ ਦੇ ਔਖੇ ਭਾਰੇ ਨੇ, ਕਹਿੰਦੇ ਭਾਈ ਅਸੀਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਸਰਗਰਮ ਹੋਣ ਦੀ ਕੋਸ਼ਿਸ਼ ਕੀਤੀ, ਅਸੀਂ ਆਪਣੇ ਹਲਕਿਆਂ ਤੋਂ ਬਾਹਰ ਜਾ ਕੇ ਵੀ ਪ੍ਰਚਾਰ ਕੀਤੇ, ਜਦੋਂ ਪਾਰਟੀ ਤੇ ਕੋਈ ਭੀੜ ਪਈ ਉਦੋਂ ਵੀ ਅੱਗੇ ਖੜੇ। ਹੁਣ ਜਦੋਂ ਟਿਕਟ ਲੈਣੀ ਸੀ ਕਹਿੰਦੇ ਇਕੱਲੇ ਇਕੱਲੇ ਪੋਲਿੰਗ ਬੂਥ ਤੋਂ ਅਸੀਂ ਵੋਟਰ ਕਾਰਡ ਵੀ ਇਕੱਠੇ ਕਰਦੇ ਰਹੇ, ਹੋਰ ਵੀ ਸਾਰਾ ਕੁਝ ਜੋ ਕਪਤਾਨ ਨੇ ਕਿਹਾ, ਜੋ ਕਾਂਗਰਸ ਨੇ ਹੁਕਮ ਲਾਏ ਅਸੀਂ ਪੂਰੇ ਬਜਾਏ। ਪਰ ਕਹਿੰਦੇ ਟਿਕਟ ਉਸ ਬੰਦੇ ਨੂੰ ਦੇਤੀ ਮਨਪ੍ਰੀਤ ਬਾਦਲ ਨੂੰ ਜਿਹਨੇ ਨਾ ਤਾਂ ਅਪਲਾਈ ਕੀਤਾ, ਜਿਹਨੇ ਨਾ ਕਾਂਗਰਸ ਪਾਰਟੀ ਲਈ ਖਾਸ ਕੰਮ ਕੀਤਾ, ਤੇ ਹੁਣ ਸਾਡੇ ਸਿਰ ਤੇ ਲਿਆ ਕੇ ਮਨਪ੍ਰੀਤ ਬਾਦਲ ਵਰਗਾ ਬੰਦਾ ਬਿਠਾਤਾ।
ਹੁਣ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਮਿਲ ਗਈ ਹੈ ਤਾਂ ਇਹਦੇ ਤੋਂ ਬਾਅਦ ਹੁਣ ਚੁਣੌਤੀ ਦੇ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ। ਪਰ ਸਭ ਤੋਂ ਵੱਡੀ ਮੁਸੀਬਤ ਜਿਹੜੀ ਮਨਪ੍ਰੀਤ ਸਿੰਘ ਬਾਦਲ ਲਈ ਇਸ ਵੇਲੇ ਬਣੀ ਹੋਈ ਹੈ ਉਹ ਆਪਣੀ ਹੀ ਕਾਂਗਰਸ ਪਾਰਟੀ ਦੇ ਰੁੱਸੇ ਹੋਏ ਕੁਝ ਇੱਕ ਲੀਡਰ। ਹੁਣ ਟਿਕਟ ਦੇ ਦਾਅਵੇਦਾਰ ਤਾਂ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਵੀ ਸੀ, ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਹਮਾਇਤ ਵੀ ਕਰਦੇ ਸੀ। ਪਰ ਸੁਰਿੰਦਰ ਸਿੰਗਲਾ ਨੂੰ ਟਿਕਟ ਨਹੀਂ ਮਿਲੀ ਤੇ ਉਹਨਾਂ ਦੇ ਬਹੁਤੇ ਸਾਥੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਫੈਸਲਾ ਕਰ ਲਿਆ ਕਿ ਭਾਈ ਜੇ ਸਿੰਗਲਾ ਸਾਹਿਬ ਨੂੰ ਟਿਕਟ ਮਿਲਦੀ ਉਹਨਾਂ ਨਾਲ ਖੜਦੇ। ਪਰ ਹੁਣ ਉਹਨਾਂ ਨੂੰ ਟਿਕਟ ਮਿਲੀ ਨਹੀਂ, ਵਾਪਸ ਉਹਨਾਂ ਨੇ ਆਉਣਾ ਨਹੀਂ, ਪਹਿਲੇ ਵੀ 7-8 ਸਾਲ ਨਹੀਂ ਸੀ ਮੁੜੇ। ਇਸ ਕਰਕੇ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ। ਇਹਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਬਹੁਤ ਵੱਡਾ ਸਹਾਰਾ ਵੀ ਮਿਲਿਆ। ਪਰ ਫਿਰ ਵੀ ਡੇਰਾ ਸਿਰਸਾ ਦੇ ਮੁਖੀ ਦੇ ਬਹੁਤ ਨਜ਼ਦੀਕੀ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਜਿਹੜੇ ਕਿ ਆਪ ਵੀ ਇੱਥੋਂ ਟਿਕਟ ਭਾਲਦੇ ਸੀ, ਉਹਨਾਂ ਦਾ ਵਿਰੋਧ ਅਜੇ ਤੱਕ ਜਾਰੀ ਦਾ ਜਾਰੀ ਹੈ। ਉਹਨਾਂ ਦੇ ਧੜੇ ਦਾ ਕੋਈ ਵੀ ਬੰਦਾ ਜਿਹੜਾ ਅਜੇ ਤੱਕ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣ ਤੱਕ ਨਹੀਂ ਪਹੁੰਚਾ। ਤੇ ਹੁਣ ਜਦੋਂ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਦਾ ਦਫ਼ਤਰ ਖੋਲਿਆ ਜਾਣਾ ਸੀ ਤਾਂ ਉਹਨਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੇ ਰੀਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ। ਤੇ ਦੂਸਰੇ ਪਾਸੇ ਕਾਂਗਰਸ ਸ਼ਹਿਰੀ ਦੇ ਮੀਤ ਪ੍ਰਧਾਨ ਮੋਹਨ ਝੁੰਬਾ, ਯੂਥ ਪ੍ਰਧਾਨ ਬਲਜੀਤ ਸਿੰਘ ਤੇ ਨਾਲ ਦੀ ਨਾਲ ਵਪਾਰ ਸੈੱਲ ਦੇ ਮੁਖੀ ਵਿਜੇ ਕੁਮਾਰ ਜਿਹੜੇ ਹੈ ਉਹਨਾਂ ਨੂੰ ਹਰਮਿੰਦਰ ਜੱਸੀ ਦੇ ਧੜੇ ਦੇ ਮੰਨਿਆ ਜਾਂਦਾ ਤੇ ਉਹ ਇਸ ਦਫ਼ਤਰ ਦੇ ਉਦਘਾਟਨੀ ਸਮਾਰੋਹ ਦੇ ਵਿੱਚੋਂ ਪੂਰੀ ਤਰ੍ਹਾਂ ਗੈਰ ਹਾਜ਼ਰ ਹੈ। ਹਾਲਾਂਕਿ ਜਦੋਂ ਪੱਤਰਕਾਰਾਂ ਨੇ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਤਾਂ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ, ਉਹ ਕਹਿੰਦੇ ਕਿ ਮੇਰੀ ਹਰਮਿੰਦਰ ਸਿੰਘ ਜੱਸੀ ਨਾਲ ਗੱਲ ਹੋ ਚੁੱਕੀ ਹੈ ਤੇ ਉਹਨਾਂ ਨੇ ਮੈਨੂੰ ਸਾਫ਼ ਤੌਰ ਤੇ ਆਖ ਦਿੱਤਾ ਕਿ ਮੈਂ ਤੇਰੇ ਨਾਲ ਖੜਦਾ ਹਾਂ ਤੇ ਬੜੀ ਜਲਦੀ ਕਹਿੰਦੇ ਉਹ ਦਿੱਲੀ ਤੋਂ ਵਾਪਸ ਆ ਕੇ ਸਾਡੀ ਚੋਣ ਮੁਹਿੰਮ ਨੂੰ ਜੁਆਇਨ ਕਰ ਲੈਣਗੇ। ਤੇ ਨਾਲ ਦੀ ਨਾਲ ਟਵਾਣਾ ਸਾਹਿਬ ਹਾਲਾਤ ਇੱਥੋਂ ਤੱਕ ਵੀ ਹੋ ਗਏ ਕਿ ਮਨਪ੍ਰੀਤ ਬਾਦਲ ਨੂੰ ਇਹ ਕਹਿਣਾ ਪਿਆ ਕਿ ਮੈਂ ਹਰ ਇੱਕ ਰੁੱਸੇ ਹੋਏ ਕਾਂਗਰਸੀ ਦੇ ਘਰੇ ਜਾਣ ਨੂੰ ਤਿਆਰ ਨਾ, ਹੁਣ ਸਾਨੂੰ ਲੜਾਈ ਜਿਹੜੀ ਆ ਰਲ ਮਿਲ ਕੇ ਲੜਨੀ ਚਾਹੀਦੀ ਹੈ। ਤੇ ਉਹਨਾਂ ਨੇ ਵੀ ਕਹਿਤਾ ਕਹਿੰਦੇ ਕੱਲ ਨੂੰ ਹਰਮਿੰਦਰ ਸਿੰਘ ਜੱਸੀ ਨੂੰ ਜੇ ਕਿਸੇ ਹੋਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਟਿਕਟ ਦਿੰਦੀ ਆ ਤਾਂ ਮੈਂ ਕਹਿੰਦੇ ਆਪ ਚੱਲ ਕੇ ਜੱਸੀ ਦੇ ਹੱਕ 'ਚ ਪ੍ਰਚਾਰ ਵੀ ਕਰੂੰਗਾ। ਤੇ ਨਾਲ ਦੀ ਨਾਲ ਮਨਪ੍ਰੀਤ ਬਾਦਲ ਹੋਰਾਂ ਨੇ ਇੱਕ ਚੁਣੌਤੀ ਵੀ ਦੇ ਦਿੱਤੀ, ਕਹਿੰਦੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਵੱਲੋਂ ਜਿਤਾ ਕੇ ਵਿਧਾਨ ਸਭਾ 'ਚ ਭੇਜੋ ਤੇ ਜੇ ਸਰਕਾਰ ਸਾਡੀ ਬਣ ਗਈ ਤਾਂ ਬਠਿੰਡੇ ਸ਼ਹਿਰੀ ਹਲਕੇ ਦੇ ਉੱਤੇ ਜਿੰਨੇ ਵਿਕਾਸ ਕਰਨ ਦੇ ਲਈ ਪੈਸੇ ਖਰਚੇ ਗਏ ਆ ਮੈਂ ਸਾਰਿਆਂ ਦਾ ਆਡਿਟ ਕਰਾਊਂਗਾ, ਹਿਸਾਬ ਕਿਤਾਬ ਕਰਾਊਂਗਾ, ਮਟੀਰੀਅਲ ਦੇਖਾਂਗੇ ਕਿਵੇਂ ਦਾ ਲੱਗਿਆ ਤੇ ਜੇ ਕਿਤੇ ਸੱਜਿਓ ਖੱਬਿਓ ਪੈਸੇ ਦਾ ਵਰਤੋਂ ਹੋਈ ਹੋਈ ਤਾਂ ਉਹਦੇ ਲਈ ਕਹਿੰਦੇ ਅਸੀਂ ਫਿਰ ਪੂਰੀ ਸਖ਼ਤ ਕਾਨੂੰਨੀ ਕਾਰਵਾਈ ਜਿਹੜੀ ਉਹ ਵੀ ਕਰਾਂਗੇ। ਹੁਣ ਵੇਖਦੇ ਹਾਂ ਟਵਾਲ ਸਾਹਿਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਕਿੱਧਰ ਨੂੰ ਜਾਂਦਾ ਹੈ। ਪਰ ਦਿਓਰ ਭਰਜਾਈ ਦੀ ਸਿਆਸੀ ਲੜਾਈ ਇਸ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਵਾਰੀ ਸਾਫ਼ ਨਜ਼ਰ ਆ ਰਹੀ ਹੈ। ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਮੁਹਿੰਮ ਦੀ ਕਮਾਂਡ ਖੁਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਆ ਕੇ ਸਾਂਭ ਲਈ ਹੈ। ਇਧਰੋਂ ਮਨਪ੍ਰੀਤ ਸਿੰਘ ਬਾਦਲ ਆਖੀ ਜਾਂਦੇ ਆ ਕਿ ਜਦੋਂ ਤੱਕ ਬੀਬੀ ਬਾਦਲ ਦਾ ਵਿਆਹ ਜਿਹੜਾ ਉਹ ਬਾਦਲ ਪਰਿਵਾਰ ਦੇ ਵਿੱਚ ਨਹੀਂ ਸੀ ਹੋਇਆ ਉਦੋਂ ਤੱਕ ਮਜੀਠੀਆ ਸਾਹਿਬ ਤੇ ਉਹਨਾਂ ਦਾ ਪਰਿਵਾਰ ਜਿਹੜਾ ਬਹੁਤਾ ਸ਼ਕਤੀਸ਼ਾਲੀ ਨਹੀਂ ਸੀ। ਇਧਰੋਂ ਵਿਆਹ ਹੋਇਆ ਤੇ ਉਧਰੋਂ ਕਹਿੰਦੇ ਟੱਬਰ ਦੀ ਆਮਦਨ ਵਧਣ ਲੱਗ ਪਈ ਹੈ ਤੇ ਦੂਜੇ ਪਾਸੇ ਬੀਬੀ ਬਾਦਲ ਆਖੀ ਜਾਂਦੇ ਆ ਕਿ ਜਿਹੜਾ ਬੰਦਾ ਆਪਣੇ ਟੱਬਰ ਦਾ ਨਹੀਂ ਹੋਇਆ, ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਨਹੀਂ ਹੋਇਆ, ਬਠਿੰਡੇ ਦੇ ਲੋਕੋ ਤੁਹਾਡਾ ਕਿਵੇਂ ਹੋਜੂ? ਪੂਰੇ ਸ਼ਹਿਰ ਦੇ ਵਿੱਚ ਪੋਸਟਰਾਂ ਨੇ ਰੰਗ ਬੰਨਿਆ ਪਿਆ, ਕੋਈ ਕੰਧ ਕੌਲਾ, ਕੋਈ ਦਰਖਤ, ਕੋਈ ਖੰਭਾ ਨਾ ਅਕਾਲੀ ਉਮੀਦਵਾਰ ਨੇ ਛੱਡਿਆ ਤੇ ਨਾ ਛੱਡਿਆ ਮਨਪ੍ਰੀਤ ਬਾਦਲ ਨੇ। ਸੋ ਵੇਖਦੇ ਹਾਂ ਜੀ ਕਿ ਇੱਕ ਬਹੁਤ ਗਹਿ ਗੱਚ ਮੁਕਾਬਲਾ ਲੋਕ ਸਭਾ ਚੋਣਾਂ ਵਾਂਗ ਸਾਨੂੰ ਇਸ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿੱਚ ਵੇਖਣ ਨੂੰ ਜ਼ਰੂਰ ਮਿਲੇਗਾ। ਵੈਸੇ ਬੀਬੀ ਜੀ ਦੇ ਸਹੁਰਾ ਸਾਹਿਬ ਵੀ ਕਾਂਗਰਸੀ ਸੀ ਪਹਿਲਾਂ ਤਾਂ ਬਾਦਲ ਸਾਹਿਬ ਏ, ਵਕਤ ਵਕਤ ਦੀਆਂ ਹਵਾਤਾਂ ਨੇ ਇਹ ਜਾਣੀ ਥੋੜਾ ਜਿਹਾ ਬਾਅਦ ਚ ਸ਼ਾਮਿਲ ਹੋਇਆ ਭਤੀਜਾ। ਸੋ ਚਾਚੇ ਦੇ ਰਸਤਿਆਂ ਤੇ ਹੀ ਚੱਲ ਰਿਹਾ ਜੀ ਭਤੀਜਾ ਵੀ। ਤੇ ਵੈਸੇ ਜਿਸ ਤਰ੍ਹਾਂ ਹੁਣ ਬਿਆਨ ਪਿਛਲੇ ਦਿਨੀ ਉਹਨਾਂ ਦਾ ਆਇਆ ਸੀ, ਸਿੱਧਾ ਹੀ ਮਤਲਬ ਹਰਸਿਮਰਤ ਕੌਰ ਬਾਦਲ ਦੇ ਪੇਕਿਆਂ ਤੇ ਸਵਾਲ ਖੜੇ ਕਰ ਦਿੱਤੇ ਨੇ। ਲੱਗਦਾ ਕਿ ਜਿਹੜੀ ਟਸਲ ਅਸਲ ਦੇ ਵਿੱਚ ਬਹੁਤੇ ਲੋਕ ਤਾਂ ਨਹੀਂ ਜਾਣਦੇ, ਪਹਿਲਾਂ ਵੀ ਗੱਲਾਂ ਉੱਠੀਆਂ ਨੇ ਕਿ ਸ਼ਾਇਦ ਜਦੋਂ PPI ਸੀ ਕਿ ਤਾਇਆ ਭਤੀਜਾ ਰਲ ਕੇ ਗੇਮ ਖੇਡਦੇ ਨੇ, ਭਤੀਜੇ ਨੇ ਸਰਕਾਰ ਚਾਚੇ ਦੀ ਤਾਏ ਦੀ ਬਣਾਈ ਹੈ। ਪੰਜਾਬ ਦੇ ਕਲਚਰ ਚ ਚਾਚੇ ਭਤੀਜਿਆਂ ਦਾ ਤਾਏ ਭਤੀਜਿਆਂ ਦਾ ਕਿੰਨਾ ਕਨਿਓ ਹੈ, ਸੋ ਇਹ ਤਾਂ ਸਾਰੇ ਜਾਣਦੇ ਆਏ ਨੇ। ਪਰ ਇਸ ਦੌਰਾਨ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਦੇ ਬਾਦਲ ਪਰਿਵਾਰ ਨਾਲੋਂ ਵੱਖ ਹੋਣ ਦਾ ਕਾਰਨ ਬਿਕਰਮ ਮਜੀਠਾ ਤੇ ਮਨਪ੍ਰੀਤ ਸਿੰਘ ਬਾਦਲ ਦੇ ਆਪਸੀ ਸਬੰਧਾਂ ਦੇ ਵਿੱਚ ਕੜਵਾਹਟ ਸੀ। ਆਫ ਦੀ ਰਿਕਾਰਡ ਬਹੁਤ ਸਾਰੀਆਂ ਗੱਲਾਂ ਨੇ, ਸ਼ਾਇਦ ਇਹ ਇੱਕ ਵੱਡਾ ਕਾਰਨ ਸੀ। ਪਰ ਹੁਣ ਮਨਪ੍ਰੀਤ ਬਾਦਲ ਨੇ ਖਾਤਾ ਹਰਸਿਮਰਤ ਕੌਰ ਬਾਦਲ ਦੇ ਪੇਕਿਆਂ ਦਾ ਖੋਲ ਲਿਆ। ਸ਼ਾਇਦ ਆਉਣ ਵਾਲੇ ਦਿਨਾਂ ਚ ਕਈ ਹੋਰ ਖੁਲਾਸੇ ਮਜੀਠਾ ਪਰਿਵਾਰ ਦੀ ਜਾਇਦਾਦ ਤੇ ਇਹਨਾਂ ਦੇ ਕਾਰੋਬਾਰਾਂ ਦੇ ਮੁਤਲਕ ਵੀ ਹੋਣਗੇ। ਤੇ ਅਗਲੀ ਗੱਲ ਕਰਦੇ ਹਾਂ ਬਾਟ ਸਾਹਿਬ, ਆਪਾਂ ਸੁਖਬੀਰ ਬਾਦਲ ਨੇ ਜਿਹੜੇ ਕਾਂਗਰਸੀਆਂ ਤੇ ਨਿਸ਼ਾਨੇ ਲਾਏ ਨੇ,
ਵੈਸੇ ਸੁਖਬੀਰ ਹੋਰੀ ਬਤੌਰ ਅਦਾਕਾਰ ਵੀ ਫਿੱਟ ਹੋ ਸਕਦੇ ਆ ਬਾਠ ਸਾਹਿਬ, ਤੁਸੀਂ ਵੇਖੇ ਹੀ ਹੋਣਾ ਉਹ ਡੇਢ ਕੁ ਮਿੰਟ ਦਾ ਕਲਿੱਪ, ਕਿੰਨਾ ਹਾਸਾ ਆਉਂਦਾ, ਕਿੰਨੇ ਉਹਨਾਂ ਦੇ ਐਕਸਪ੍ਰੈਸ਼ਨ ਨੇ, ਕਿਆ ਬਾਤ ਹੈ। ਨਹੀਂ ਨਹੀਂ ਗਲਤ ਕੰਮ ਨਹੀਂ ਕਰਨਾ ਚਾਹੀਦਾ, ਬਾਅਦ ਚ ਹੱਸ ਪੈਂਦੇ ਆ ਵੀ ਕਮਾਲ ਹੀ ਆ ਯਾਰ। ਟਵਾਣਾ ਸਾਹਿਬ ਹੌਲੀ ਹੌਲੀ ਬਹੁਤ ਕੁਝ ਉਹਨਾਂ ਨੇ ਸਿੱਖਿਆ ਤੇ ਇਸ ਵੇਲੇ ਪਾਰਟੀ ਨੂੰ ਜਿਸ ਤਰੀਕੇ ਨਾਲ ਉਹ ਚਲਾ ਰਹੇ ਨੇ, ਪੰਜਾਬ ਦੇ ਲੋਕ ਵੀ ਹੈਰਾਨ ਨੇ, ਕਦੇ ਸੋਚਿਆ ਨਹੀਂ ਸੀ ਕਿ ਪਾਰਟੀਆਂ ਏਦਾਂ ਵੀ ਚੱਲਦੀਆਂ। ਤੇ ਹੁਣ ਟਵਾਣਾ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੇ ਨਿਸ਼ਾਨੇ ਲਾਏ ਆ ਉਹਦੇ ਲਈ ਉਹਨਾਂ ਨੇ ਚੋਣ ਕੀਤੀ ਸੀ ਲੁਧਿਆਣੇ ਦੀ ਧਰਤੀ ਦੀ, ਕਿਉਂਕਿ ਜਿਹੜਾ ਲੱਦਵਾਲ ਬਾਈਪਾਸ ਬਣਾਉਣਾ ਸੀ ਉਹਦਾ ਭੂਮੀ ਪੂਜਨ ਕਰਨ ਆਏ ਸੀ, ਹਾਲਾਂਕਿ ਉਹਦੇ ਪਿੱਛੇ ਵੀ ਬਹੁਤ ਸਾਰੀਆਂ ਕਹਾਣੀਆਂ ਹੁਣ ਤੁਰ ਪਈਆਂ, ਬਾਅਦ ਵਿੱਚ ਗੱਲ ਕਰਦੇ ਹਾਂ। ਇੱਥੇ ਪਹੁੰਚ ਕੇ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਕਾਂਗਰਸ ਪਾਰਟੀ ਦੀ ਗੱਲ ਹੀ ਨਾ ਕਰੋ, ਕਾਂਗਰਸ ਪਾਰਟੀ ਦੀ ਕੀ ਗੱਲ ਕਰਨੀ, ਕਹਿੰਦੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਆਉਣ ਵਾਲਾ ਨਵਜੋਤ ਸਿੱਧੂ, ਤਿੰਨੇ ਚੱਲੇ ਹੋਏ ਕਾਰਤੂਸ ਨੇ ਸਲਾਬੇ ਗਏ ਨੇ, ਤੇ ਇਹਦੇ ਤੋਂ ਕਹਿੰਦੇ ਨਾ ਕਿਸੇ ਨੂੰ ਲਾਭ ਹੋ ਸਕਦਾ ਨਾ ਹੀ ਕਿਸੇ ਨੂੰ ਹਾਨੀ ਪਹੁੰਚਾ ਸਕਦੇ, ਬਸ ਇਹਨਾਂ ਨੇ ਰੌਲਾ ਰੱਪਾ ਜਿਹਾ ਪਾਉਣਾ ਤੇ ਪਾ ਕੇ ਬਹਿ ਜਾ ਕਰਨਾ। ਤੇ ਨਾਲ ਦੀ ਨਾਲ ਦਾਵਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਵੀ ਕਰ ਦਿੱਤਾ, ਕਹਿੰਦੇ ਅੱਜ ਤਾਂ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਇਹਨਾਂ ਨੂੰ ਬਿਲਕੁਲ ਵੋਟਾਂ ਨਹੀਂ ਪਾਉਣੀਆਂ, ਤੇ ਇਹਨਾਂ ਦਾ ਭਾਂਡਾ ਜਿਹੜਾ ਖਾਲੀ ਦਾ ਖਾਲੀ ਕਹਿੰਦੇ ਦਿੱਲੀ ਵਾਪਸ ਭੇਜਣਾ। ਤੇ ਚੋਣਾਂ ਤੋਂ ਬਾਅਦ ਇਹ ਤਿੰਨੋਂ ਲੀਡਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਆਖਣ ਮੁਤਾਬਕ ਪੰਜਾਬ ਦੇ ਵਿੱਚ ਕਦੇ ਲੱਭਣਗੇ ਵੀ ਨਹੀਂ। ਤੇ ਇੱਕ ਉਹਨਾਂ ਨੇ ਨਾ ਸੁਜੈਸਟ ਕਰਤਾ, ਉਹ ਕਹਿੰਦੇ ਮੈਂ ਤਾਂ ਸੁਝਾਅ ਦਿੰਦਾ ਕਾਂਗਰਸ ਪਾਰਟੀ ਨੂੰ ਕਿ ਤੁਸੀਂ ਜਿੰਨੀ ਛੇਤੀ ਹੋ ਸਕਦਾ ਕਾਂਗਰਸ ਪਾਰਟੀ ਦਾ ਨਾਮ ਤਬਦੀਲ ਕਰਕੇ ਕਬਾੜ ਪਾਰਟੀ ਰੱਖ ਲਓ। ਕਹਿੰਦੇ ਜਿੰਨਾ ਕਬਾੜ ਅਸੀਂ ਆਪਣੀ ਪਾਰਟੀ ਦੇ ਵਿੱਚੋਂ ਕੱਢਦੇ ਹਾਂ ਸਾਰੇ ਦਾ ਸਾਰਾ ਕਾਂਗਰਸ ਪਾਰਟੀ ਵਾਲੇ ਆਪਣੇ ਟਰੱਕ ਤੇ ਲੱਦ ਕੇ ਘਰ ਨੂੰ ਲੈ ਜਾਂਦੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਸਮਰਾਲੇ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਸੰਤਾ ਸਿੰਘ ਉਮੈਦਪੁਰੀ ਤੇ ਆਤਮਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਕੁਲਾਰ ਦੇ ਲਈ ਲੋਕਾਂ ਤੋਂ ਵੋਟਾਂ ਵੀ ਮੰਗ ਲਈਆਂ ਕਿ ਭਾਈ ਵੋਟਾਂ ਇਹਨਾਂ ਨੂੰ ਪਾਇਓ, ਹਲਕੇ ਦੇ ਵਿਕਾਸ ਦਾ ਜਿਹੜਾ ਉਹ ਸਾਰੇ ਦਾ ਸਾਰਾ ਜ਼ਿੰਮਾ ਸਾਡਾ, ਤੁਹਾਨੂੰ ਕਿਸੇ ਤਰ੍ਹਾਂ ਦੀ ਫਿਰ ਚਿੰਤਾ ਕਰਨ ਦੀ ਲੋੜ ਨਹੀਂ। ਪਰ ਇੱਥੇ ਟਵਾਣਾ ਸਾਹਿਬ ਸਭ ਤੋਂ ਅਹਿਮ ਗੱਲ ਜਿਹੜੀ ਸਾਹਮਣੇ ਆਈ ਕਿ ਜਿਸ 17 ਕਿਲੋਮੀਟਰ ਲੰਬੇ ਲਾਡੋਵਾਲ ਬਾਈਪਾਸ ਦਾ ਭੂਮੀ ਪੂਜਨ ਕਰਨ ਦੇ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇੱਥੇ ਪੁੱਜੇ, ਉਸੇ ਲਾਡੋਵਾਲ ਬਾਈਪਾਸ ਦਾ 14 ਸਤੰਬਰ ਨੂੰ ਨੀਂਹ ਪੱਥਰ ਰੱਖ ਚੁੱਕਿਆ ਨਿਤਿਨ ਗਡਕਰੀ ਹੋਰਾਂ ਦੇ ਨਾਲ ਖੁਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਤੇ ਦਾਅਵਾ ਵੀ ਕਰ ਗਿਆ ਸੀ। ਕਹਿੰਦੇ ਸੀ ਕਿ ਭਾਈ ਅਸੀਂ ਰਿਕਾਰਡ 2.5 ਵਰ੍ਹਿਆਂ ਦੇ ਵਿੱਚ ਇਹ ਪ੍ਰੋਜੈਕਟ ਮੁਕੰਮਲ ਕਰਨਾ ਤੇ ਬੜੀ ਜਲਦੀ ਕੰਮ ਸ਼ੁਰੂ ਹੋ ਜੂ। ਪਰ 14 ਸਤੰਬਰ ਤੋਂ ਬਾਅਦ ਅਕਤੂਬਰ ਵੀ ਆਇਆ, ਨਵੰਬਰ ਵੀ ਆਇਆ, ਦਸੰਬਰ ਵੀ ਆਇਆ, 3.5 ਮਹੀਨੇ ਹੋਣ ਵਾਲੇ ਆ ਪਰ ਅਜੇ ਤੱਕ ਇੱਥੇ ਕੁਝ ਵੀ ਨਹੀਂ ਕੀਤਾ ਗਿਆ। 2.5 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਮੁਕੰਮਲ ਹੋਏਗਾ ਕਿਵੇਂ, ਬਹੁਤ ਸਾਰੇ ਸਵਾਲ ਖੜਦੇ ਨੇ। ਤੇ ਨਾਲ ਦੀ ਨਾਲ ਟਵਾਣਾ ਸਾਹਿਬ ਇੱਕ ਗੱਲ ਹੋਰ ਪਤਾ ਲੱਗ ਗਈ, ਕਹਿੰਦੇ ਭਾਵੇਂ ਨੀਂਹ ਪੱਥਰ ਰੱਖ ਦਿੱਤਾ, ਭਾਵੇਂ ਭੂਮੀ ਪੂਜਨ ਹੋ ਗਿਆ, ਪਰ ਉਹ ਜਿੱਥੇ ਬਾਈਪਾਸ ਬਣਾਉਣਾ, ਜਿਹੜੀ 17 ਕਿਲੋਮੀਟਰ ਲੰਬੀ ਸੜਕ ਬਣਾਉਣੀ ਹੈ, ਉਹਦੇ ਲਈ ਜ਼ਮੀਨ ਚਾਹੀਦੀ ਹੈ, ਪਰ ਜ਼ਮੀਨ ਅਜੇ ਤੱਕ ਸਰਕਾਰ ਨੇ ਅਕਵਾਇਰ ਹੀ ਨਹੀਂ ਕੀਤੀ, ਭੂਮੀ ਪੂਜਨ ਨੀਂਹ ਪੱਥਰ ਸਾਰਾ ਕੁਝ ਪਹਿਲਾਂ ਹੀ ਕਰ ਗਿਆ। ਇਹਦੇ ਨਾਲ ਨਾਲ ਟਵਾਣਾ ਸਾਹਿਬ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਸ ਜ਼ਮੀਨ ਨੂੰ ਐਕਵਾਇਰ ਕਰਕੇ ਮਾਲਕਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਹੈ, ਉਸ ਅਥਾਰਟੀ ਨੇ ਅਜੇ ਤੱਕ ਉਹਦੀ ਕੀਮਤ ਵੀ ਨਿਰਧਾਰਿਤ ਨਹੀਂ ਕੀਤੀ ਕਿ ਅਸੀਂ ਇਸ ਜ਼ਮੀਨ ਦੇ ਮਾਲਕਾਂ ਨੂੰ ਕਿੰਨੇ ਪੈਸੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਮੁਆਵਜ਼ਾ ਇਸ ਐਕਵਾਇਰ ਕੀਤੀ ਗਈ ਜ਼ਮੀਨ ਦਾ ਦੇਣਾ। ਹੁਣ ਇਹਦੇ ਤੋਂ ਸਾਫ਼ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਚੋਣਾਂ ਜਿਹੜੀਆਂ ਉਹਦੇ ਕਰਕੇ ਬਹੁਤ ਕੁਝ ਐਸਾ ਕਰਨਾ ਪੈ ਰਿਹਾ ਜਿਹੜਾ ਕੱਲ ਨੂੰ ਲਾਗੂ ਹੁੰਦਾ ਜਾਂ ਨਹੀਂ ਹੁੰਦਾ, ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੁੰਦੇ ਜਾਂ ਨਹੀਂ ਹੁੰਦੇ, ਪਰ ਘੱਟੋ ਘੱਟ ਐਤਕੀ ਸਿਆਸੀ ਤੌਰ ਤੇ ਲਾਹਾ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਟਵਾਣਾ ਸਾਹਿਬ ਕੀਤੀ ਜਾ ਰਹੀ ਹੈ ਜੀ। ਪਟਿਆਲੇ ਚ ਛੋਟੀ ਨਦੀ ਬਹੁਤ ਗੰਦ ਦੀ ਭਰੀ ਹੈ, ਇਹਨੂੰ ਵੀ ਕਹਿੰਦੇ ਸੈਰਗਾਹ ਬਣੇਗੀ, ਹੁਣ ਤਾਂ ਫੱਟਾ ਹੀ ਸਿੱਖੀ ਜਾਂਦੇ, ਮੇਲਾ ਦੇ ਤੇ ਪਾਣੀ ਵਾਲੀ ਬੱਸ ਇੱਥੇ ਨਦੀ ਚ ਨਾ ਚਲਾਉਣ ਲੱਗ ਜਾਣ। ਤੇ ਵਟਸਐਪ ਲੰਬੀ ਹਲਕੇ ਦੇ ਵਿੱਚ ਕੀ ਹਾਲਾਤ ਨੇ, ਜਰਨੈਲ ਸਿੰਘ ਪੱਤਰਕਾਰ ਹੋਰੀ ਵੀ ਪਰ ਤੋਲ ਰਹੇ ਨੇ। ਟਵਾਣਾ ਸਾਹਿਬ ਲੰਬੀ ਦੇ ਵਿੱਚ ਜਰਨੈਲ ਸਿੰਘ ਹੋਰੀ ਆਉਂਦੇ ਆ ਜਾਂ ਕੋਈ ਹੋਰ ਆਉਂਦਾ ਇੱਕ ਵੱਖਰੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਹਰ ਇੱਕ ਪਾਰਟੀ ਅੱਜ ਕੀ ਕੋਸ਼ਿਸ਼ ਕਰੇਗੀ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਘੇਰੀਏ ਜ਼ਰੂਰ, ਪਰ ਘੇਰਨਾ ਵੀ ਸੁਖਾਲਾ ਨਹੀਂ ਹੋਣਾ ਕਿਉਂਕਿ ਗਰੰਟਾਂ ਉਹਨਾਂ ਨੇ ਵੀ ਸੁੱਖ ਨਾਲ ਖੁੱਲ੍ਹੇ ਦਿਲ ਨਾਲ ਮੰਨੀਆਂ, ਕਿਸੇ ਪਾਸੇ ਕੋਈ ਕਸਰ ਤਾਂ ਨਹੀਂ ਰਹਿਣ ਦਿੱਤੀ, ਇੱਕ ਇੱਕ ਪਿੰਡ 'ਚ 3-3 ਵਾਰੀ ਵੀ ਸੰਗਤ ਦਰਸ਼ਨ ਜਿਹੜੇ ਕਰਿਆ ਆ। ਪਰ ਇਹਦੇ ਬਾਵਜੂਦ ਵੀ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਸਾਹਿਬ ਨੂੰ ਚੁਣੌਤੀ ਦੇ ਪਾਉਂਦੀਆਂ ਜਾਂ ਨਹੀਂ ਦੇ ਪਾਉਂਦੀਆਂ ਇੱਕ ਅੱਡ ਗੱਲ ਹੈ, ਪਰ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੱਲੋਂ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਵਿਸ਼ੇਸ਼ ਚੈੱਕ ਵੰਡੇ ਗਏ ਸੀ ਗਰੀਬ ਪਰਿਵਾਰਾਂ ਨੂੰ 15-15 ਹਜ਼ਾਰ ਦੇ, ਉਹਨਾਂ ਨੂੰ ਮਕਾਨ ਮੁਰੰਮਤ ਜਿਹੜਾ ਹੈ ਉਸ ਫੰਡ ਦਾ ਨਾਮ ਦਿੱਤਾ ਗਿਆ ਸੀ, ਕੁੱਲ 42 ਕਰੋੜ ਰੁਪਈਏ ਜਿਹੜੇ ਆ ਇਹਨਾਂ ਚੈੱਕਾਂ ਦੇ ਨਾਮ ਦੇ ਉੱਤੇ ਲੋਕਾਂ ਦੇ ਵਿੱਚ ਦੇ ਦਿੱਤੇ ਗਏ ਸੀ। ਪਰ ਹੁਣ ਇਹ ਜਿਹੜੇ ਚੈੱਕ ਨੇ ਮਕਾਨ ਮੁਰੰਮਤ ਦੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਦੁਖਣ ਵਾਲਾ ਦੰਦ ਬਣਦੇ ਜਾ ਰਹੇ ਆ,
क्योंकि उपरों तो पैसे पूरे ही आए होंगे हेठली पद्धर के उत्ते जिन्होंने अगे लिस्टा लुस्टा बना के देनिया सियासी तौर पर प्रभाव पाना सी लगता कि बहुते पैसे जड़े है बहुते चैक जड़े खाते पीते परिवारों भी बन गए कई लोड़बंद रह गए हुण इन्हां लोकां दा गुस्सा श्रोमणी अकाली दल दे लई सियासी तौर पर मुसीबत बन सकता। पिंड घुमियारा उत्थे 407 परिवार टवाणा साहब इकट्ठे हुंदे आ ते दोष लाउंदे आ कि भाई जिहड़े तां अमीर आ उन्हां नूं गफ्फे दित्ते आ ते इस योजना के तहत सानू गरीबां नूं तफ्फे दित्ते आ एक रुपया नहीं कहिंदे मिलिया छत्तां साडियां डिगण वालियां ते जिन्हां ने लैंटर पाए आ कहिंदे वधिया वधिया फर्शां लाईआं टाइलां लाईआं उत्थे सुख सहूलतां की कमी कोई नहीं उन्हां नूं चैक घर जा के फड़ाई जांदे आ। इन्हों परिवार ने कांग्रेस के सकत्र रणधीर सिंह खुडिया भी उत्थे सद लिया ते खुडिया साहब ने फिर लोगों संबोधन भी किया ते नाल दी नाल ऐलान कर दिता कि जे 7 दिनों के विच विच इन्हां लोड़बंद परिवार मकान मुरम्मत दे चैक ना दिते गए तो कहिंदे फिर वेखियो असीं BDPO दफ्तर के मूहरे सब तो पहला धरना लावांगे ते जदों BDPO बलविंदर सिंह होरां नूं जाके पुछया गया कि भाई तुसीं दसो तुहाडे कोल दे सारे पिंड की कुछ घटिया वापरिया वो कहिंदे मेरे हथ वस बहुता कुछ नहीं सी उपरले प्रशासन नूं मैं तुहाडी शिकायत जिहड़ी उहदी सूचना दे दित्ती है ते जदों उपरों कोई हुक्म आउणगे तां कहिंदे आपां हुक्म बजा देणे आ तां तुरंत जिहड़े कर देणे आ लागू। पर कुल मिला के यह मकान मुरम्मत के जिहड़े चैक श्रोमणी अकाली दल ते भारतीय जनता पार्टी वाले लंबी विधानसभा हल्के दे विच वंड रहे ने उहदे करके विरोधी पार्टियां नूं सियासी तौर पर हवा मिल रही है क्योंकि 65 के करीब परिवारां ने कामरेडा की पार्टी CPI दे नाल भी जिहड़ा संपर्क स्थापित किया है। सो वेखदे हां जी कि आने वाले 5-4 दिन जिहड़े है इस मुद्दे के उत्ते लंबी विधानसभा हल्के च किन्नियां क ज्यादा सरगर्मियां वाले दिन होणगे। आम आदमी पार्टी ने की सरगर्मिया ने ते जगमीत बराड़ कहंदे ये हल्के बदलणगे साडी गल चल रही है तृणमूल कांग्रेस नूं भी टिकटां देणगे जी कुछ टवाणा साहब लगता कि जगमीत सिंह बराड़ दा सियासी तौर पर ढोल एक करी फिर फट जाणा उन्हां नूं चाहीदा जिवें पुराने समें दे विच ढोलकी जिहड़ी बजाउंदे हुंदे सी जथियां दे नाल उह आटा ला लैंदे हुंदे सी उत्थे पहलां उन्हां ने आटा लाउणा 5-7 मिंट लाउणे असी बच्चे हुंदे सी ते बहुत गौह नाल वेखणा कि भाई इह की करदे आ लगता कि जगमीत सिंह बराड़ ढोलकी तो खरीद लिया पर आटा लाना नहीं आता फट जाती है खुशकी जी हुण टवाणा साहब जिस तरीके लगातार उन्होंने बयान आ रहे हैं कि भाई साड़ी भी एक पार्टी है असी पार्टी की हैसियत गठजोड़ करना चाहते आम आदमी पार्टी आखिरी दिन तक इंतजार करांगे कदे कहिंदे कि विधानसभा की चोण मैं सरदूलगढ़ से मौड़ तो ही लड़नी है फिर कह देंगे कि मैनू भाई मैंबर पार्लीमेंट बनने के लिए टिकट दे दौ हुण उन्होंने सीधे तौर पर कहता कि सानू 13 सीटां चाहीदियां कि साडी पार्टी है तो पार्टी दे नाल पार्टी दी हैसियत नाल समझौता करो पर आम आदमी पार्टी के कोल तां टवाणा साहब सीटां ही 10 बचियां उन्होंने विचों भी 2 सीटां उन्होंने किसी नूं देणियां नहीं बाकी 8 बचदियां तो मैनू यह लगता कि जगमीत सिंह बराड़ एक बारी फिर सियासी तौर पर बुरी तरह अलग थलग पैण जा रहे हैं क्योंकि एक तो वध 2 सीटां दे बारे तो आम आदमी पार्टी सोच सकती है कि जगमीत बराड़ जां उहदे धड़े नूं छड्ड दईए पर जे वह कहण 3 या 13 सीटां तां उह संभव ही नहीं हैगा क्योंकि तृणमूल कांग्रेस हो सकता है कि पछमी बंगाल दे विच सत्ताधारी है त्रिपुरा दे विच विरोधी धिर दे विच बैठी है पर पंजाब दे विच तां जगमीत बराड़ तों बिना उहदा बंदा ही कोई नहीं जगमीत बराड़ का सियासी तौर पर भविख की है भी आप सारे जानते हैं इस करके जगमीत सिंह बराड़ ने जे इदां दे बयान देने जारी रखे तो एक अद्ध सीट तो वध सीटां की मंग की ਤਾਂ ਬੜੀ ਜਲਦੀ ਅਜੇ ਜਿਹੜਾ ਸੰਬੰਧ ਸਿਆਸੀ ਤੌਰ ਤੇ ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜੁੜਨਾ ਹੈ ਉਹ ਮੈਨੂੰ ਲੱਗਦਾ ਜੁੜਨ ਤੋਂ ਪਹਿਲਾਂ ਹੀ ਟੁੱਟ ਜਾਣਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਸੂਬੇ ਦੇ ਗੁਰਪ੍ਰੀਤ ਧੂਗੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਹਿੰਦੇ ਉਮੀਦਵਾਰ ਸਾਡੇ 10 ਰਹਿੰਦੇ ਉਹਨਾਂ ਦੇ ਵਿੱਚੋਂ 8 ਉਮੀਦਵਾਰਾਂ ਦੀ ਸੂਚੀ ਅਸੀਂ 1-2 ਦਿਨਾਂ ਦੇ ਵਿੱਚ ਜਾਰੀ ਕਰ ਦੇਣੀ ਹੈ ਤੇ ਬਾਕੀ ਜਿਹੜੇ 1-2 ਉਮੀਦਵਾਰ ਕਹਿੰਦੇ ਰਹਿੰਦੇ ਹੋਏ ਉਹਨਾਂ ਦੇ ਨਾਮ ਦਾ ਐਲਾਨ ਕਰਨਗੇ 28 ਦਸੰਬਰ ਨੂੰ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਖੁਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੱਡੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਇਹਦੀ ਪੁਸ਼ਟੀ ਦੁਰਗੇਸ਼ ਪਾਠਕ ਨੇ ਵੀ ਕਰਤੀ ਸੋ ਕੁੱਲ ਮਿਲਾ ਕੇ ਲੱਗਦਾ ਹੈ ਕਿ ਪੰਥਕ ਧਿਰਾਂ ਦਾ ਸਾਥ ਲੈਣ ਦੇ ਲਈ ਜਰਨੈਲ ਸਿੰਘ ਹੋਰਾਂ ਨੂੰ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ਼ ਜਿਹੜੀ ਚੋਣ ਅਰਵਿੰਦ ਕੇਜਰੀਵਾਲ ਜ਼ਰੂਰ ਲੜਾਉਣਗੇ ਪਿਛਲੇ ਸਮੇਂ ਦੇ ਵਿੱਚ ਜਰਨੈਲ ਸਿੰਘ ਕੁਝ ਇੱਕ ਪੰਥਕ ਲੀਡਰਾਂ ਨੂੰ ਦਿੱਲੀ ਲੈ ਕੇ ਗਏ ਸੀ ਆਪਣੇ ਨਾਲ ਕੇਜਰੀਵਾਲ ਹੋਰਾਂ ਦੀ ਮੁਲਾਕਾਤ ਵੀ ਕਰਾਈ ਸੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਸਿੱਧਾ ਸਿੱਧਾ ਸਮਝੌਤਾ ਜਿਹੜਾ ਕੁਝ ਇੱਕ ਧਿਰਾਂ ਨਾਲ ਹੋ ਸਕਦਾ ਕਿ ਭਾਈ ਤੁਸੀਂ ਸਾਡੀ ਆਮ ਆਦਮੀ ਪਾਰਟੀ ਦੀ ਮਦਦ ਜਿਹੜੀ ਆ ਇਹਨਾਂ ਵਿਧਾਨ ਸਭਾ ਚੋਣਾਂ 'ਚ ਕਰ ਦਿਓ ਤੇ ਜਦੋਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣਗੀਆਂ ਤਾਂ ਅਸੀਂ ਪਿੱਛੇ ਰਹਿ ਕੇ ਮਦਦ ਜਿਹੜੀ ਆ ਉਹ ਤੁਹਾਡੀ ਵੀ ਕਰ ਸਕਦੇ ਹਾਂ ਸੋ ਵੇਖਦੇ ਹਾਂ ਕਿ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਹੋਰੀ ਅਜੇ ਤੱਕ ਲਹਿਰਾਂ ਬਹਿਰਾਂ ਜਿਹੜੀਆਂ ਆਪਣੇ ਸਮਾਗਮਾਂ ਦੇ ਵਿੱਚ ਲਾਈਆਂ ਹੋਈਆਂ ਨੇ ਜਿੱਥੇ ਵੀ ਰੈਲੀ ਜਾਂ ਕਾਨਫਰੰਸ ਹੁੰਦੀ ਹੈ
ਭਗਵੰਤ ਮਾਨ ਹੋਰਾਂ ਦਾ ਪਤਾ ਲੱਗਦਾ ਤੇ ਲੋਕਾਂ ਦਾ ਇਕੱਠ ਜਿਹੜਾ ਆਪ ਮੁਹਾਰੇ ਉੱਥੇ ਹੋਈ ਜਾਂਦਾ ਹੈ ਜੀ। ਵਟਸਐਪ ਹੋਰ ਕੀ ਅਪਡੇਟ ਹੈ ਵਟਸਐਪ ਜੀ ਕਰਨੀਆਂ ਮੈਨੂੰ ਲੱਗਦਾ ਕਿ ਜ਼ਰੂਰੀ ਹੈ। ਇੱਕ ਤਾਂ ਸਵਰਾਜਵੀਰ ਹੋਰਾਂ ਦਾ ਜਿਹੜਾ ਨਾਟਕ ਹੈ ਮੱਸਿਆ ਦੀ ਰਾਤ, ਉਹਨੂੰ ਸਾਹਿਤ ਅਕਾਦਮੀ ਜਿਹੜਾ ਪੁਰਸਕਾਰ ਮਿਲਿਆ। 2010 ਤੋਂ ਲੈ ਕੇ 2014 ਦੀਆਂ ਜਿਹੜੀਆਂ ਪੁਸਤਕਾਂ ਦੇ ਉੱਤੇ ਵਿਚਾਰ ਕੀਤਾ ਗਿਆ ਸੀ ਤੇ ਹੁਣ 22 ਫਰਵਰੀ ਨੂੰ 1,00,000 ਰੁਪਇਆ, 1 ਸ਼ਾਲ ਤੇ 1 ਤਾਂਬੇ ਦੀ ਤਸ਼ਤਰੀ ਜਿਹੜੀ ਉਹਨਾਂ ਨੂੰ ਭੇਟ ਕੀਤੀ ਜਾਣੀ ਹੈ। ਇੱਕ ਚੰਗੀ ਖ਼ਬਰ ਹੈ ਕਿਉਂਕਿ ਨਾਟਕ ਵੀ ਚੰਗਾ ਤੇ ਉਹਦਾ ਜਿਹੜਾ ਮੰਚਨ ਵੀ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਹੋ ਚੁੱਕਿਆ। ਤੇ ਦੂਸਰਾ ਟਵਾਣਾ ਸਾਹਿਬ, ਇੱਕ ਬਹੁਤ ਨਿਰਾਸ਼ਾਮਈ ਜਿਹੜੀ ਘਟਨਾ, ਇੱਕ ਦੁੱਖ ਭਰੀ ਘਟਨਾ 2013 ਦੇ ਵਿੱਚ ਵਾਪਰੀ ਸੀ ਕਿ ਹਰਪ੍ਰੀਤ ਕੌਰ ਇੱਕ ਲੜਕੀ ਜਿਹਦਾ ਕਿ ਵਿਆਹ ਸੀ ਲੁਧਿਆਣੇ ਦੇ ਵਿੱਚ ਸਰਾਭਾ ਨਗਰ ਚ, ਉਹ ਤਿਆਰ ਹੋਣ ਆਈ ਸੀ ਬਿਊਟੀ ਪਾਰਲਰ ਸਵੇਰੇ। ਬਹੁਤ ਸਾਰੇ ਸਾਡੇ ਸਰੋਤਿਆਂ ਨੂੰ ਵੀ ਯਾਦ ਹੋਏਗਾ ਕਿ ਉਹਦੇ ਉੱਤੇ ਵਿਆਹ ਵਾਲੀ ਸਵੇਰ ਤੇਜ਼ਾਬ ਸੁੱਟ ਦਿੱਤਾ ਗਿਆ ਸੀ ਪੂਰਾ ਜੱਗ ਭਰ ਕੇ। ਲੜਕੀ ਦੀ ਹਾਲਤ ਬਹੁਤ ਬੁਰੀ ਹੋਈ ਸੀ, ਉਹਨੂੰ ਮੁੰਬਈ ਇਲਾਜ ਦੇ ਲਈ ਭੇਜਿਆ ਗਿਆ ਸੀ ਤੇ ਉੱਥੇ ਉਹਦੀ ਮੌਤ ਹੋ ਗਈ ਸੀ ਤੜਫ ਤੜਫ ਕੇ। ਤੇ ਹੁਣ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾ ਦਿੱਤੀ ਹੈ ਜੀ 3 ਸਾਲਾਂ ਦੇ ਵਿੱਚ। ਦੋ ਜਿਹੜੇ ਮੁੱਖ ਦੋਸ਼ੀ ਪਾਏ ਗਏ ਨੇ ਇਸ ਪੂਰੇ ਤੇਜ਼ਾਬ ਮਾਮਲੇ 'ਚ, ਉਹਨਾਂ ਨੂੰ 25-25 ਸਾਲ ਦੀ ਸਜ਼ਾ ਦਿੱਤੀ ਗਈ ਹੈ। ਆਮ ਤੌਰ 'ਤੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ, ਬੰਦਾ ਝੱਟ ਭੋਗ ਕੇ ਬਾਹਰ ਆ ਜਾਂਦਾ, ਅੱਧੀ ਕੁ ਸਜ਼ਾ ਤਾਂ ਭੁਗਤ ਵੀ ਚੁੱਕੇ ਹੁੰਦੇ ਜਦੋਂ ਤੱਕ ਨਤੀਜਾ ਆਉਂਦਾ, ਪਰ 25-25 ਸਾਲ ਦੀ ਘੱਟੋ ਘੱਟ ਸਜ਼ਾ ਇਹਨਾਂ ਨੂੰ ਭੁਗਤਣੀ ਪਏਗੀ। 2.5-2.5 ਲੱਖ ਰੁਪਈਆ ਨਾਲ ਜਿਹੜਾ ਜੁਰਮਾਨਾ ਕਰ ਦਿੱਤਾ ਗਿਆ ਤੇ ਜਿਹੜੇ ਬਾਕੀ ਇਹਨਾਂ ਦੇ ਸਾਥੀ ਸੀ ਉਮਰ ਕੈਦ ਉਹਨਾਂ ਨੂੰ ਵੀ ਦਿੱਤੀ ਗਈ ਹੈ। ਟਵਾਣਾ ਸਾਹਿਬ, ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਲੱਗਦਾ ਹੈ ਕਿ ਸਖ਼ਤ ਸਜ਼ਾਵਾਂ ਜੇ ਹੋਣ ਲੱਗਣ ਤਾਂ ਕਿਤੇ ਨਾ ਕਿਤੇ ਜਿਹੜੇ ਕਥਿਤ ਤੌਰ ਤੇ ਇਦਾਂ ਦਾ ਦਿਮਾਗ ਰੱਖਦੇ ਆ ਉਹਨਾਂ ਨੂੰ ਕੰਨ ਹੋ ਸਕਦੇ ਆ ਕਿ ਭਾਈ ਛੇਤੀ ਨਹੀਂ ਛੁੱਟਣਾ। ਤੇ ਅਦਾਲਤਾਂ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵਧਾਈ ਦੀਆਂ ਪਾਤਰ ਨੇ ਕਿ ਜੇ ਉਹ 20-20 ਸਾਲ ਜਿਹੜੇ ਮੁਕੱਦਮੇ ਚੱਲਦੇ ਰਹਿੰਦੇ ਆ ਉਹਨਾਂ ਦੀ ਸੁਣਵਾਈ ਕਰਕੇ 3 ਸਾਲਾਂ ਦੇ ਵਿੱਚ ਵਿੱਚ ਇਹਦਾ ਮੁਕੱਦਮਾ ਜਿਹੜਾ ਉਹ ਇੱਕ ਪਾਸੇ ਕਰ ਦਿੰਦੇ ਆ ਤੇ ਸਜ਼ਾਵਾਂ ਦੇ ਦਿੰਦੇ ਆ। ਸੋ ਉਮੀਦ ਕਰਦੇ ਆ ਕਿ ਭਵਿੱਖ ਦੇ ਵਿੱਚ ਕਿਸੇ ਵੀ ਪੰਜਾਬਣ ਮੁਟਿਆਰ ਨੂੰ ਇਹੋ ਜਿਹੀ ਤੇਜ਼ਾਬ ਵਾਲੀ ਘਟਨਾ ਦਾ ਸ਼ਿਕਾਰ ਜਿਹੜਾ ਉਹ ਨਹੀਂ ਹੋਣਾ ਪਏਗਾ। ਤੇ ਉਧਰ ਇੱਕ ਅਹਿਮ ਘਟਨਾ ਜਿਹੜੀ ਟਵਾਣਾ ਸਾਹਿਬ ਉਹ ਦਿੱਲੀ ਦੇ ਵਿੱਚ ਵਾਪਰੀ ਹੈ। ਲੰਬੇ ਸਮੇਂ ਤੋਂ ਜਦੋਂ ਦੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ ਨੇ, ਨਜ਼ੀਬ ਜੰਗ ਹੋਰਾਂ ਦੇ ਨਾਲ ਉਹਨਾਂ ਦਾ ਪੇਚਾ ਸਿਆਸੀ ਤੌਰ ਤੇ ਪੈਂਦਾ ਰਿਹਾ। ਇਹਨਾਂ ਨੇ ਫੈਸਲਾ ਕਰਕੇ ਭੇਜਣਾ, ਜੰਗ ਹੋਰਾਂ ਨੇ ਕਹਿ ਦੇਣਾ ਨਾ ਮਨਜ਼ੂਰ। ਤੇ ਕੇਜਰੀਵਾਲ ਹੋਰੀ ਸਿੱਧੇ ਤੌਰ ਤੇ ਦੋਸ਼ ਲਾਉਂਦੇ ਰਹੇ ਸੀ ਕਿ ਭਾਈ ਕੇਂਦਰ ਸਰਕਾਰ ਦੇ ਬੰਦੇ ਨੇ ਤੇ ਦਿੱਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਗ੍ਹਾ ਸਾਡੇ ਨਾਲ ਨਫ਼ਰਤ ਦੀ ਰਾਜਨੀਤੀ ਕਰ ਰਿਹਾ। ਤੇ ਅੱਜ ਨਜੀਬ ਜੰਗ ਹੋਰਾਂ ਨੇ ਅਸਤੀਫਾ ਦੇ ਦਿੱਤਾ ਜੀ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ। 1.5 ਸਾਲ ਦਾ ਸਮਾਂ ਅਜੇ ਹੋਰ ਰਹਿ ਸਕਦੇ ਸੀ, ਪਰ ਉਹ ਕਹਿੰਦੇ ਕਿ ਮੈਂ ਸਿੱਖਿਆ ਵਿਭਾਗ ਦੇ ਵਿੱਚੋਂ ਆਇਆ ਸੀ ਤੇ ਸਿੱਖਿਆ ਵਿਭਾਗ ਦੇ ਵਿੱਚ ਹੀ ਵਾਪਸ ਜਾਣਾ ਚਾਹੁੰਦਾ। ਸੋ ਵੇਖਦੇ ਹਾਂ ਕਿ ਇਸ ਸਮੁੱਚੇ ਵਰਤਾਰੇ ਦਾ ਦਿੱਲੀ ਦੀ ਪੋਲੀਟਿਕਸ ਦੇ ਉੱਤੇ, ਦਿੱਲੀ ਦੀ ਸਿਆਸਤ ਦੇ ਉੱਤੇ, ਦਿੱਲੀ ਦੀ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਫੈਸਲਿਆਂ ਦੇ ਉੱਤੇ ਅਸਰ ਕਿਹੋ ਜਿਹਾ ਪੈਂਦਾ। ਇਹ ਨਾ ਆ ਜਾਵੇ ਕਿ ਉਸ ਤੋਂ ਵੀ ਕੌੜ ਆ ਜਾਵੇ ਕੋਈ ਵਟਸਐਪ ਹੋਰ ਕੋਈ ਭਾਜਪਾ ਹੀ ਆ ਜਾਵੇ। ਇਹ ਤਾਂ ਫੇਰ ਕਾਂਗਰਸ ਦਾ ਲਾਇਆ ਹੋਇਆ ਸੀ ਨਜੀਬ ਜੰਗ, ਹੁਣ ਭਾਜਪਾ ਲਾਊਗੀ ਉਹ ਤਾਂ ਜਮਾ ਹੀ ਐਨ ਪੂਰੀ ਪੁੱਠ ਚਾੜ ਕੇ ਲਿਆਉਣਗੇ। ਨਾਲੇ ਲੱਗਦੇ ਵੀ ਆਰ ਐਸ ਐਸ ਤੇ ਬੰਦੇ ਹੀ ਆ ਜੀ ਸਿੱਧਾ, ਤੇ ਨਜੀਬ ਜੰਗ ਨਾਲੋਂ ਕੌੜਾ ਹੀ ਮਿਲੇਗਾ ਵੈਸੇ ਮਿੱਠਾ ਨਹੀਂ ਮਿਲੇਗਾ। ਇਹਦਾ ਮਤਲਬ ਹੈ ਕਿ ਜਿਹੜੀ ਕਿਰਪਾਨ ਆ ਸਿਆਸੀ ਤੌਰ ਤੇ ਮਿਆਨ ਦੇ ਵਿੱਚ ਤਲਵਾਰ ਅਜੇ ਪਾਉਣੀ ਨਹੀਂ ਚਾਹੀਦੀ ਆਮ ਆਦਮੀ ਪਾਰਟੀ ਵਾਲਿਆਂ ਨੂੰ। ਨਹੀਂ ਆ ਪੰਜਾਬ ਵਾਲੇ ਬਦਨੌਰ ਸਾਹਿਬ ਵੇਖ ਲਓ, 30,000 ਪੋਸਟਾਂ ਤੇ ਰੋਕ ਲਵਾਈ ਆਖਰ, ਤੇ ਅਗਲਿਆਂ ਨੇ ਵਿਧਾਨ ਸਭਾ ਚ ਮਤਾ ਪਾਸ ਕਰਾ ਲਿਆ, ਫੇਰ ਰੋਕ ਲੱਗ ਗਈ ਹੈ ਨਾ ਜੀ। ਖੈਰ ਉਹੀ ਹੈ ਨਾ ਵੀ ਆਉਣ ਵਾਲੇ, ਕਿਉਂਕਿ ਹੁਣ ਤਾਂ ਕੁਆਲੀਫਿਕੇਸ਼ਨ ਹੀ ਇਹ ਹੈ ਬੀਜੇਪੀ ਦੇ ਵਿੱਚ ਤਾਂ ਕਿ ਆਰ ਐਸ ਐਸ ਲਈ ਜਿਹਨੇ ਜ਼ਿਆਦਾ ਕੰਮ ਕੀਤਾ ਉਸ ਨੂੰ ਵੱਡਾ ਅਹੁਦਾ, ਕੁਆਲੀਫਿਕੇਸ਼ਨ ਹੀ ਆਇਆ। ਫਿਰ ਇਸ ਕਰਕੇ ਜੰਗ ਦੀ ਜਗ੍ਹਾ ਕੋਈ ਹੋਰ ਆਏਗਾ, ਉਸੇ ਕ੍ਰਾਈਟੇਰੀਆ ਚ ਲੰਘ ਕੇ ਆਏਗਾ ਉਹ ਵੀ। ਸੋ ਖੁਸ਼ਖਬਰ ਤਾਂ ਨਹੀਂ, ਮੇਰੇ ਖਿਆਲ ਮਾੜੀ ਖਬਰ ਹੈ ਆਪ ਵਾਸਤੇ ਤਾਂ ਜੀ। ਟਵਾਣਾ ਸਾਹਿਬ, ਹਾਲ ਦੀ ਘੜੀ ਮੈਨੂੰ ਲੱਗਦਾ ਕਿ ਕੁਝ ਇਦਾਂ ਦੀਆਂ ਗੱਲਾਂ ਬਾਤਾਂ, ਕਿਉਂਕਿ ਕਾਂਗਰਸ ਵਾਲਿਆਂ ਤੇ ਇਲਜ਼ਾਮ ਵੀ ਲਾਉਣੇ ਸ਼ੁਰੂ ਕਰ ਦਿੱਤੇ ਕਿ ਭਾਈ ਆ ਬੀਜੇਪੀ ਨਾਲ ਕੇਜਰੀਵਾਲ ਹੋਰੀ ਰੜ ਗਏ ਆ, ਇਹਨਾਂ ਨੇ ਆਪਸ ਦੇ ਵਿੱਚ ਸਾਂਝ ਪਾ ਲਈ ਹੈ, ਗੰਢ ਸੰਢ ਕਰ ਲਈ ਹੈ, ਇਸੇ ਕਰਕੇ ਉਹਨਾਂ ਦੀ ਕਹਿੰਦੇ ਬਦਲੀ ਕਰਾਤੀ, ਬੜੀ ਉਸ ਬੰਦੇ ਦੀ ਲੈ ਲਈ ਹੈ। ਉਹ ਕਾਂਗਰਸ ਪੱਖੀ ਸੀ ਨਾ ਥੋੜਾ ਜਿਹਾ, ਮਾੜੇ ਮੋਟੇ ਦਾ ਡੱਕਾ ਇੱਧਰ ਸਿੱਟ ਹੀ ਦਿੰਦਾ ਸੀ ਸ਼ੀਲਾ ਦੀਕਸ਼ਿਤ ਉਹਨਾਂ ਵੱਲ। ਖੈਰ ਹੁਣ ਦੇਖੋ ਜਿਹੜਾ ਹੁਣ ਆਊਗਾ ਉਹ ਸ਼ੀਲਾ ਦੀਕਸ਼ਿਤ ਦਾ ਕੇਸ ਵੀ ਖੁਲਵਾਊਗਾ ਤੇ ਕੇਜਰੀਵਾਲ ਸਾਹਿਬ ਹੋਰਾਂ ਦੇ ਤਾਂ ਖੋਲੂ ਹੀ ਖੋਲੂ। ਖੈਰ ਸੋ ਬਹੁਤ ਬਹੁਤ ਧੰਨਵਾਦ ਬਾਟ ਸਾਹਿਬ, ਮਿਹਰਬਾਨੀ। ਸ਼ੁਕਰੀਆ ਜੀ, ਧੰਨਵਾਦ, ਮਿਹਰਬਾਨੀ। ਸੋ ਦੋਸਤੋ, ਇਹ ਸਨ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਟ, ਜਿਹੜੀ ਕੁੜੀ ਦੀ ਗੱਲ ਕਰਕੇ ਗਏ ਨੇ, ਉਸ ਕੁੜੀ ਨੂੰ ਕਿਸ ਤਰ੍ਹਾਂ ਉਹ ਆਪਣੇ ਵਿਆਹ ਦੇ ਸ਼ਗਨ ਮਨਾ ਰਹੀ ਸੀ ਤੇ ਇਸ ਦੌਰਾਨ ਭਰਿਆ ਹੋਇਆ ਇੱਕ ਜੱਗ ਉਸ ਤੇ ਸੁੱਟ ਦਿੱਤਾ ਗਿਆ। ਸਟਵਾਉਣ ਵਾਲੀ ਕੌਣ ਸੀ? ਉਸ ਦੀ ਹੋਣ ਵਾਲੀ ਜਠਾਣੀ। ਉਸੇ ਘਰ ਵਿਆਹੀ ਹੋਈ ਸੀ ਉਹ ਕੁੜੀ, ਪਟਿਆਲੇ ਦੀ ਰਹਿਣ ਵਾਲੀ ਸੀ ਅੰਮ੍ਰਿਤਪਾਲ ਕੌਰ।
ਜਿਸ ਨੇ ਇਹ ਸੁਪਾਰੀ 5-6 ਮੁੰਡਿਆਂ ਨੂੰ ਦਿੱਤੀ ਸੀ। 1.5 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਹਾਇਰ ਕੀਤਾ ਸੀ। ਤੇ ਹਰਪ੍ਰੀਤ ਕੌਰ ਇੱਕ ਗਰੀਬ ਘਰ ਦੀ ਕੁੜੀ ਸੀ ਬਰਨਾਲੇ ਦੀ, ਤੇ ਜਦੋਂ ਬਿਊਟੀ ਪਾਰਲਰ ਦੇ ਵਿੱਚ ਸੈਲੂਨ ਦੇ ਵਿੱਚ ਤਿਆਰ ਹੋ ਰਹੀ ਸੀ ਤਾਂ ਉਸਦਾ ਪਿਓ ਉਸ ਨੂੰ ਛੱਡ ਆਇਆ। ਤੇ ਜਦੋਂ ਫਿਰ ਹਰਪ੍ਰੀਤ ਕੌਰ ਦਾ ਨਾਂ ਲੈ ਕੇ ਉਸ ਨੂੰ ਆਵਾਜ਼ ਮਾਰੇਗੀ ਤੇ ਜਦੋਂ ਬਾਹਰ ਆਈ ਤਾਂ ਭਰਿਆ ਹੋਇਆ ਜੱਗ ਹੈ ਜਿਹੜਾ ਉਸ 'ਤੇ ਲੱਦ ਦਿੱਤਾ ਗਿਆ। ਇਸ ਦੌਰਾਨ ਬਿਊਟੀ ਪਾਰਲਰ ਦੇ ਵਿੱਚ ਬੈਠੀਆਂ ਦੋ ਹੋਰ ਕੁੜੀਆਂ ਸੀ ਜਿਹੜੀਆਂ, ਉਹਨਾਂ ਦੇ ਵੀ ਨੁਕਸਾਨ ਹੋਇਆ। ਸੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਅੰਮ੍ਰਿਤਪਾਲ ਕੌਰ, ਜਿਹੜੀ ਇਸੇ ਬਰਨਾਲੇ ਦੇ ਪਰਿਵਾਰ ਦੀ ਛੱਡੀ ਹੋਈ ਨੂੰਹ ਸੀ ਪਹਿਲਾਂ ਵਾਲੀ, ਉਸ ਨੇ ਕਿਹਾ ਸੀ ਕਿ ਮੈਂ ਨਹੀਂ ਵਸੀ ਅਤੇ ਵਸਣ ਕਿਸੇ ਹੋਰ ਨੂੰ ਵੀ ਨਹੀਂ ਦਿੰਦੀ। ਔਰਤ ਜਦੋਂ ਵਫਾ ਕਰਦੀ ਹੈ ਤਾਂ ਫਿਰ ਵਫਾ ਵੀ ਹੱਦ ਪਾਰ ਕਰਕੇ ਕਰਦੀ ਹੈ, ਅਤੇ ਜਦੋਂ ਬੇਵਫਾਈ 'ਤੇ ਉਤਰਦੀ ਹੈ ਤਾਂ ਫਿਰ ਬੇਵਫਾਈ ਦੀਆਂ ਵੀ ਕਹਾਣੀਆਂ ਬਹੁਤ ਨੇ। ਪਟਿਆਲੇ ਦੀ ਡਾਕਟਰ ਰਵੀ ਦਾ ਮਾਮਲਾ ਵੀ ਇਸੇ ਤਰ੍ਹਾਂ ਦਾ ਸੀ। ਜੱਜ ਵਿਜੇ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਸੀ ਡਾਕਟਰ ਰਵੀ, ਜਿਸ ਨੇ ਇੱਕ ਗ੍ਰੰਥੀ ਨੂੰ ਸੁਪਾਰੀ ਦੇ ਕੇ ਆਪਣੇ ਸਾਬਕ ਪ੍ਰੇਮੀ ਦਾ ਕਤਲ ਕਰਾਇਆ ਸੀ, ਜੱਜ ਵਿਜੇ ਸਿੰਘ ਦਾ। ਇਸ ਤਰ੍ਹਾਂ ਦੀਆਂ ਮਿਸਾਲਾਂ ਅਕਸਰ ਸਾਡੇ ਆਲੇ ਦੁਆਲੇ ਨੇ। ਸਵਾਗਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਆਫ ਦਾ ਲਾਈਨ ਗੱਲ ਕਰਨੀ ਸੀ ਤੁਹਾਨੂੰ। ਹਾਂ, ਹੋਲਡ ਰੱਖਿਓ ਜ਼ਰਾ। ਸੋ ਲਓ ਦੋਸਤੋ, ਸਾਡੇ ਸਪੌਂਸਰ ਕੁਇਕ ਟਰੱਕ ਲਿਓ ਵਾਲਿਆਂ ਦੇ ਸੁਨੇਹੇ ਤੋਂ ਤੁਰੰਤ ਬਾਅਦ ਫਿਰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਅਤੇ ਆਪ ਜੀ ਦਾ ਸਵਾਗਤ ਰਹੇਗਾ। ਲਾਈਨਾਂ ਇਸ ਵਕਤ ਖੁੱਲ੍ਹੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ।